ਹਾਂਜੀ ਖੇਤ ਜਾਂਦੇ ਹੋ ਤੁਸੀਂ? ਹਾਂ ਜਾਂਦਾ ਅਮਦੀਪ ਖੇਤ। ਚਲੋ ਠੀਕ ਆ। ਊਂ ਦੁਪਹਿਰੇ ਸਬਜ਼ੀ ਕਿਹੜੀ ਬਣਾਵਾਂ? ਊਂ ਤਾਂ ਬੜੀਆਂ ਵੀ ਪਈਆਂ ਨੇ, ਪਕੌੜੇ ਵੀ ਹੈਗੇ ਆਪਣੇ। ਅੱਛਾ, ਆਲੂ ਬੜੀਆਂ ਬਣਾ ਲਈ ਫਿਰ। ਚਲੋ ਠੀਕ ਆ। ਠੀਕ। ਸਤਿ ਸ੍ਰੀ ਅਕਾਲ ਭੂਆ ਜੀ। ਸਤਿ ਸ੍ਰੀ ਅਕਾਲ। ਤਾਂ ਤੇਰੀ ਠੀਕ ਹੈ, ਮੈਂ ਤੈਨੂੰ ਇੰਨੇ ਫੋਨ ਲਾਏ, ਮੇਰਾ ਫੋਨ ਤਾਂ ਚੱਕ ਲੈਂਦਾ। ਨਾ ਭੂਆ, ਮੇਰੇ ਲਵੇ ਫੋਨ ਲਾਇਆ, ਤੁਹਾਡਾ ਤਾਂ ਕੋਈ ਮੇਰੇ ਲਵੇ ਫੋਨ ਹੀ ਨਹੀਂ ਆਇਆ। ਲੈ ਮੈਂ ਤਾਂ ਕਿੰਨੇ ਫੋਨ ਕਰੇ, ਜਾਣ ਕੇ ਨਹੀਂ ਚੱਕਿਆ ਹੋਣਾ ਵੀ ਭੂਆ ਅੱਡੇ ਤੋਂ ਨਾ ਲਿਆ ਨਹੀਂ ਪਏ ਜੇ। ਨਾ ਨਾ ਭੂਆ, ਇਹੋ ਜਿਹੀ ਕੋਈ ਗੱਲ ਨਹੀਂ, ਜੇ ਮੈਨੂੰ ਪਤਾ ਲੱਗ ਜਾਂਦਾ ਨਾ ਮੈਂ ਅੱਡੇ ਤੇ ਆ ਕੇ ਪਹਿਲਾਂ ਹੀ ਖੜ ਜਾਣਾ ਸੀ। ਬਹਿ ਜਾ, ਚੱਲ ਕੋਈ ਨਹੀਂ, ਚੱਲ ਹੋਰ ਛੱਡ ਕੇ ਆ ਮੈਨੂੰ ਹੋਰ ਮੋਟਰਸਾਈਕਲ। ਬਹਿ ਜਾ। ਆਈ ਫੋਨ ਕਰਿਆ ਤੀ ਤੈਨੂੰ ਵੀ ਮੈਥੋਂ ਤੁਰਿਆ ਨਹੀਂ ਜਾਂਦਾ ਭਾਈ। ਚੱਲ ਲੋ ਭੂਆ ਜੀ, ਸਤਿ ਸ੍ਰੀ ਅਕਾਲ ਭੂਆ। ਸਤਿ ਸ੍ਰੀ ਅਕਾਲ। ਆ ਦੇਖ ਲਾ ਮੈਂ ਕੁਲਦੀਪ ਨੂੰ ਮੈਂ ਇੰਨੇ ਫੋਨ ਲਾਏ, ਜੁੱਤੀਆਂ ਖਾਣ ਵਾਲੇ ਕੰਮ ਕਰਦਾ ਨਾ ਇਹ, ਅੱਛਾ ਫੋਨ ਹੀ ਨਹੀਂ ਭੂਆ, ਚੱਕਿਆ ਮੇਰਾ ਚੱਲ ਆ ਜਾ ਭੂਆ, ਕੋਈ ਨਾ ਵੀ ਭੂਆ ਨੂੰ ਅੱਡੇ ਤੋਂ ਲਿਆਉਣਾ ਨਾ ਪਏ ਜੇ। ਹੋਰ ਮੈਂ ਤਾਂ ਮਸਾਂ ਆਈ ਆ, ਰਾਹ ਚੋਂ ਮੋੜਿਆ ਫਿਰ ਮੈਨੂੰ ਰਾਹ ਚੋਂ ਟੱਕਰ ਗਿਆ। ਭੂਆ ਜੀ, ਮੇਰੇ ਲਈ ਤੁਹਾਡਾ ਇੱਕ ਵੀ ਫੋਨ ਆਇਆ ਹੁੰਦਾ ਨਾ ਮੈਂ ਚੱਕ ਹੀ ਲੈਣਾ ਸੀ, ਇੱਕ ਵੀ ਫੋਨ ਨਹੀਂ ਆਇਆ। ਆਹੋ ਚੱਕ ਲੈਂਦਾ। ਬਹਿ ਜਾ ਭੂਆ। ਲੈ ਤੇ ਕਾਹਦਾ ਚੱਕਣਾ ਸੀ, ਚੱਕਣਾ ਕਿਉਂ ਨਹੀਂ ਸੀ, ਆਇਆ ਨਹੀਂ ਭੂਆ, ਇੱਕ ਵੀ ਫੋਨ ਨਹੀਂ ਆਇਆ। ਕੀ ਪਤਾ ਕਿਉਂ ਨਹੀਂ ਆਇਆ ਭਾਈ, ਫੋਨ ਤਾਂ ਮੈਂ ਬਥੇਰੇ ਲਾਏ। ਕੀ ਪਤਾ ਫੋਨ ਨਾ ਸਾਇਲੈਂਟ ਲੱਗਿਆ ਹੋਵੇ ਤੁਹਾਡਾ, ਦੇਖੋ ਜਰਾ। ਸਾਇਲੈਂਟ ਤੇ ਮੈਂ ਕਾਹਦੇ ਵਾਸਤੇ ਲਾਉਣਾ ਯਾਰ, ਤੁਹਾਡੀ ਭੈਣ ਨੂੰ ਤਾਂ ਫੋਨ ਹੀ ਬੰਦ ਪਿਆ। ਲੈ ਦੱਸ ਭੂਆ, ਫੋਨ ਕਾਹਦਾ ਲੱਗਣਾ, ਫੋਨ ਤਾਂ ਬੰਦ ਪਿਆ ਇਹਨਾਂ ਦਾ। ਮੈਨੂੰ ਨਹੀਂ ਪਤਾ ਭਾਈ, ਫੋਨ ਬੰਦ ਸੀ ਕਿ ਕੀ ਸੀ, ਮੈਂ ਤਾਂ ਇੰਨੇ ਫੋਨ ਲਾਏ, ਹੁਣ ਬੰਦ ਕਰ ਲਿਆ ਹੋਣਾ ਇਹਨੇ। ਤੈਂ ਤਾਂ ਭੂਆ ਲਾਇਆ ਫੋਨ, ਮੇਰਾ ਫੋਨ ਹੀ ਬੰਦ ਪਿਆ ਸੀ। ਹਾਂ ਸੱਚ ਗੱਲ ਸੁਣ, ਮੇਰੀ ਜਿਹੜਾ ਤਾਂ ਮੈਨੂੰ ਫੋਨ ਲਾਇਆ ਉਦੋਂ ਰਿੰਗ ਵੱਜੀ ਜਾਂਦੀ ਸੀ। ਰਿੰਗ ਰੁੰਗ ਦਾ ਤਾਂ ਮੈਨੂੰ ਪਤਾ ਨਹੀਂ, ਚੁੱਪ ਜਿਹਾ ਹੋਇਆ ਪਿਆ ਸੀ। ਬਸ ਫਿਰ ਭੂਆ ਹੁਣ ਹੀ ਚੁੱਪ, ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਫੋਨ ਜੇਬ 'ਚ ਕਦੋਂ ਬੰਦ ਹੋ ਗਿਆ। ਨਹੀਂ ਭੂਆ, ਇਹ ਕਿਹੜੀ ਗੱਲ ਹੈ, ਤੂੰ ਫੋਨ ਕਰੇ ਤੇ ਮੈਂ ਚੱਕਾਂ ਨਾ। ਆਹੋ ਪਹਿਲਾਂ ਹੀ ਬੰਦ ਕਰ ਲਿਆ ਹੋਣਾ ਜਾਣ ਕੇ ਵੀ ਭੂਆ ਦਾ ਫੋਨ ਆਊਗਾ। ਮੈਨੂੰ ਕੀ ਪਤਾ ਭੂਆ ਤੇਰਾ ਫੋਨ ਆਊਗਾ ਵੀ ਤੂੰ ਆਉਣਾ ਅੱਜ। ਕੀ ਪਤਾ ਭਾਈ, ਪਤਾ ਲੱਗ ਗਿਆ ਹੋਵੇ। ਲੈ ਮੈਨੂੰ ਕਿਹਦੇ ਤੋਂ ਪਤਾ ਲੱਗਣਾ ਭੂਆ, ਜਦੋਂ ਮੈਨੂੰ ਤੂੰ ਹੀ ਨਹੀਂ ਦੱਸਿਆ, ਤੂੰ ਮੈਨੂੰ ਕੱਲ ਫੋਨ ਕਰਦਾ ਨਹੀਂ ਵੀ ਮੈਂ ਪੁੱਤਾ ਜਾਊਂਗੀ। ਲੈ ਮੈਨੂੰ ਮੇਰੇ ਭਰਾ ਦੇ ਘਰੇ ਵੀ ਦੱਸ ਕੇ ਆਉਣਾ ਪਿਆ ਕਰੂਗਾ ਵੀ ਮੈਂ ਆਊਂਗੀ ਅੱਜ, ਮੈਂ ਜਦੋਂ ਮਰਜ਼ੀ ਆਵਾਂ ਜਾਵਾਂ। ਨਾ ਨਾ ਭੂਆ, ਤੈਨੂੰ ਐਂ ਤਾਂ ਨਹੀਂ ਕਹਿੰਦੇ, ਤੇਰਾ ਘਰ ਹੈ, ਤੂੰ ਜਦੋਂ ਮਰਜ਼ੀ ਆ। ਸਹੀ ਗੱਲ ਆ ਭੂਆ, ਇਹੋ ਜੀ ਤਾਂ ਕੋਈ ਗੱਲ ਨਹੀਂ, ਇਹਨਾਂ ਨੇ ਤਾਂ ਵੈਸੇ ਗੱਲ ਕਰਤੀ, ਤੁਸੀਂ ਜਦੋਂ ਮਰਜ਼ੀ ਆਓ। ਭੂਆ ਮੈਂ ਪਾਣੀ ਲਿਆਉਣੀ ਆ। ਲੈ ਪਾਣੀ ਤਾਂ ਹੁਣ ਲਿਆਵੇਂਗੀ, ਉਹੀ ਹੋਰ ਪਾਣੀ ਵੀ ਨਹੀਂ ਪਿਆਵੇਂਗੀ। ਨਹੀਂ ਨਹੀਂ ਭੂਆ, ਮੈਂ ਲਿਆਉਣੀ ਆ ਪਾਣੀ। ਹੋਰ ਭੂਆ, ਉੱਥੇ ਸਾਰੇ ਠੀਕ ਠਾਕ ਸੀ? ਹਾਂ ਕੁਲਦੀਪ, ਸਾਰੇ ਠੀਕ ਠਾਕ ਸੀ, ਤੁਸੀਂ ਦੱਸੋ ਇੱਥੇ ਕਿਵੇਂ ਐ? ਹਾਂ ਭੂਆ, ਅਸੀਂ ਵੀ ਠੀਕ ਆ। ਚਲ ਬਹੁਤ ਵਧੀਆ ਗੱਲ ਐ। ਪਹਿਲਾਂ ਤਾਂ ਮੈਂ ਪਰਸੋਂ ਆਉਂਦੀ ਸੀ, ਪਰਸੋਂ ਜਸਪ੍ਰੀਤ ਦੀ ਮਾਂ ਆ ਗਈ, ਫਿਰ ਮੈਂ ਆਖਿਆ ਚਲ ਮੈਂ ਅੱਜ ਜਾ ਕੇ ਆਵਾਂ, 2-4 ਦਿਨ ਲਾ ਕੇ ਆਉਂਗੀ ਹੁਣ। ਚਲ ਵਧੀਆ ਕੀਤਾ ਭੂਆ ਜੀ, ਵਧੀਆ। ਹੋਰ ਪਾਣੀ ਲਿਆ ਪੁੱਤ। ਚੱਲ ਭੂਆ ਤੂੰ ਆਰਾਮ ਕਰ ਲੈ, ਮੈਂ ਚਾਹ ਬਣਾਉਣੀ ਆ। ਕੋਈ ਨਹੀਂ।
ਲੈ ਦੇਸਾਂ ਦਾ ਕੂੜਾ ਖਿੰਡਿਆ ਪਿਆ, ਐ ਵੀ ਨਹੀਂ ਹੈਗੀ ਵੀ ਵਿਹੜਾ ਤਾਂ ਸਾਫ਼ ਕਰ ਦਿਆਂ, ਇੰਨੇ ਕਾਗਜ਼ ਖਿਲਰੇ ਪਏ ਨੇ ਥਾਂ ਥਾਂ। ਹੈ ਮਨਦੀਪ, ਆ ਵਿਹੜਾ ਤਾਂ ਸੰਭਰ ਦੇ, ਦੇਸਾਂ ਦਾ ਕੂੜਾ ਖਿੰਡਿਆ ਪਿਆ, ਕਾਗਜ਼ ਖਿੰਡਿਆ ਪਏ ਨੇ। ਭੂਆ ਮੈਂ ਕਰਦੀ ਹੁੰਨੀ ਆ ਸਾਫ਼, ਇਹ ਤਾਂ ਹਵਾ ਜੀ ਚੱਲੀ ਸੀ ਨਾ ਹਨੇਰੀ ਨਾਲ ਹੋ ਗਿਆ ਇਹ, ਬਸ ਉਹਦੇ ਨਾਲ ਖਲਾਰਾ ਜਿਹਾ ਪੈ ਗਿਆ ਭੂਆ। ਲੈ ਕੇ ਪੈ ਗਿਆ ਖਲਾਰਾ, ਜੇ ਕਾਗਜ਼ ਵਿਹੜੇ 'ਚ ਸੀ ਫੇਰ ਹੀ ਇਹ ਹਨੇਰੀ ਨਾਲ ਦੁਬਾਰੇ ਉੱਡ ਕੇ ਆਏ। ਤੂੰ ਇਹਨਾਂ ਨੂੰ ਕਿਸੇ ਟਿਕਾਣੇ ਤੇ ਸਿੱਟ, ਰੂੜੀ ਰਾੜੀ ਤੇ ਸਿੱਟੇ ਆਉਂਦੀ। ਲੈ ਦੱਸ ਮਾੜਾ ਮੋਟਾ ਕੋਈ ਆ ਕਰ ਜਾਂਦਾ ਭੈਣ ਭਾਈ, ਵਿਹੜਾ ਤਾਂ ਸਾਫ਼ ਰੱਖਣਾ ਚਾਹੀਦਾ ਹੈ। ਨਾ ਨਾ ਭੂਆ, ਵਿਹੜਾ ਤਾਂ ਮੈਂ ਸਾਫ਼ ਰੱਖਦੀ ਆ, ਰੋਜ਼ ਝਾੜੂ ਮਾਰਦੀ ਆ, ਤੈਨੂੰ ਦੱਸੀ ਤਾਂ ਜਾਨੀ ਆ ਵੀ ਇਹ ਤਾਂ ਹਨੇਰੀ ਜਿਹੀ ਆਈ ਸੀ, ਉਹਦੇ ਨਾਲ ਪੈ ਗਿਆ ਖਲਾਰਾ। ਮੈਂ ਤਾਂ ਇਕੱਠਾ ਕਰਕੇ ਭੂਆ ਰੂੜੀ ਤੇ ਸਿੱਟ ਕੇ ਆਉਣੀ ਹੁੰਦੀ ਆ, ਭਾਵੇਂ ਕੋਈ ਕਾਗਜ਼ ਹੋਵੇ ਭਾਵੇਂ ਕੋਈ ਲਿਫਾਫਾ ਹੋਵੇ। ਸਫਾਈ ਰੱਖਿਆ ਕਰ ਕੁੜੇ, ਭੈੜਾ ਲੱਗਦਾ ਹੈ। ਕੀ ਗੱਲ ਹੋ ਗਈ ਭੂਆ? ਹੋਣਾ ਕੀ ਸੀ, ਮੈਂ ਤਾਂ ਇਹਨੂੰ ਐਂ ਕਹਿੰਦੀ ਸੀ ਵੀ ਆ ਵਿਹੜੇ 'ਚ ਕਿੰਨਾ ਕੂੜਾ ਖਿੰਡਿਆ ਪਿਆ, ਕੁੜੇ ਝਾੜੂ ਮਾਰ ਕੇ ਰੱਖਿਆ ਕਰ, ਕੋਈ ਆ ਕਰ ਜਾਂਦਾ ਬੁਰਾ ਲੱਗਦਾ ਹੈ। ਨਾ ਨਾ ਭੂਆ, ਝਾੜੂ ਤਾਂ ਹਿਲਾਉਂਦੀ ਹੁੰਦੀ ਹੈ। ਆਹੋ ਤੂੰ ਤਾਂ ਕਹਿਣਾ ਹੀ ਸੀ, ਤੂੰ ਤਾਂ ਏਸੀ ਦੀ ਮਿਹਨਤ ਕਰਾਉਣੀ ਹੈ। ਲੈ ਹੁਣ ਵੀ ਨਹੀਂ ਉੱਠੀ, ਘੱਟੋ ਘੱਟ ਹੁਣ ਤਾਂ ਕੂੜਾ ਇਕੱਠਾ ਕਰਦੇ ਵਿਹੜੇ 'ਚ ਕੋਈ ਆ ਕਰ ਜਾਂਦਾ ਹੈ। ਕੋਈ ਨਾ ਭੂਆ, ਮੈਂ ਕਰ ਦਿੰਦੀ ਹਾਂ। ਲੈ ਦੇਖ ਕੁਲਦੀਪ ਕਿੰਨਾ ਭੈੜਾ ਲੱਗਦਾ। ਹਾਂ ਭੈੜਾ ਤਾਂ ਲੱਗਦਾ ਭੂਆ, ਚੱਲ ਕੋਈ ਗੱਲ ਨਹੀਂ, ਚੱਕ ਦਿੰਦੀ ਹੈ। ਨਹੀਂ ਮਨਦੀਪ ਮੇਰੀ ਗੱਲ ਸੁਣ ਕੁੜੇ, 7 ਵੱਜ ਗਏ, ਹੁਣ ਉੱਠਣ ਦਾ ਟਾਈਮ ਹੈ। ਮੈਂ ਤਾਂ ਹੈਰਾਨ ਆ ਤੇਰੇ ਤੇ। ਬਸ ਭੂਆ ਆਦਤ ਬਣੀ ਹੋਈ ਹੈ 7 ਵਜੇ ਉੱਠਣ ਦੀ, ਕਿਹੜਾ ਕਿਸੇ ਨੇ ਡਿਊਟੀ ਜਾਣਾ ਹੁੰਦਾ। ਲੈ ਗੱਲਾਂ ਦੇਖ ਕਰਦੀ, ਆਕੇ ਕਿਹੜਾ ਕਿਸੇ ਨੇ ਡਿਊਟੀ ਤੇ ਜਾਣਾ ਹੈ, ਮੁੰਡੇ ਨੇ ਖੇਤ ਬੰਨੇ ਜਾਣਾ ਹੁੰਦਾ ਹੈ। ਸੁਨੇਹਾ ਉੱਠਿਆ ਕਰੋ ਪੁੱਤ, ਫੇਰ ਹੀ ਘਰ 'ਚ ਬਰਕਤ ਹੋਊਗੀ। ਮਾੜਾ ਮੋਟਾ ਅਕਲ ਨੂੰ ਹੱਥ ਮਾਰ ਕੰਮ ਲਈਏ। ਆ ਮੇਰੇ ਕਦੀ ਦੇਖ ਲੈ, 5 ਵਜੇ ਉੱਠਦੀ ਹਾਂ ਮੈਂ, ਨਹਾ ਧੋ ਕੇ ਪਾਠ ਪੂਜਾ ਕਰਕੇ ਹਜੇ ਵੀ ਮੈਂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰੀ ਜਾਂਦੀ ਹਾਂ, ਚਾਹ ਵੀ ਬਣਾਈ ਪਈ ਹੈ। ਸੁਨੇਹਾ ਉੱਠਿਆ ਕਰੋ ਕੰਮ ਲਈਏ, ਬਰਕਤ ਹੁੰਦੀ ਆ ਘਰ 'ਚ। ਕੋਈ ਗੱਲ ਨਹੀਂ ਭੂਆ। ਲੈ ਦੱਸ ਕਮਾਲ ਹੋਈ ਪਈ ਐ, ਭਾਂਡਿਆਂ ਦਾ ਸਿੰਕ ਭਰਿਆ ਪਿਆ, ਹਜੇ ਤੀਕਰ ਧੋਤੇ ਨਹੀਂ ਉਹਨੇ। ਕਹਿੰਦੀ ਆ ਮੈਂ ਜਾ ਕੇ ਉਹਨੂੰ। ਨਹੀਂ ਮਨਦੀਪ ਮੇਰੀ ਗੱਲ ਸੁਣਾ, ਅੰਦਰ ਭਾਂਡਿਆਂ ਦਾ ਸਿੰਕ ਭਰਿਆ ਪਿਆ, ਉਹ ਧੋ ਦਿੰਦੀ ਪਹਿਲਾਂ, ਕਿੰਨੇ ਭੈੜੇ ਲੱਗਦੇ ਨੇ। ਉਹ ਭਾਂਡੇ ਤਾਂ ਮੈਂ ਧੋਣੇ ਸੀ, ਬਾੜੇ 'ਚ ਥੋੜਾ ਜਿਹਾ ਗੋਹਾ ਪਿਆ ਸੀ, ਉਹ ਪੱਥਣ ਵੱਗ ਗਈ ਸੀ। ਪਹਿਲਾਂ ਰਸੋਈ ਵਾਲਾ ਕੰਮ ਕਰੀਦਾ ਹੁੰਦਾ, ਭਾਂਡੇ ਸਾਫ਼ ਕਰਾਉਂਦੀ ਪਹਿਲਾਂ, ਫੇਰ ਬਾੜੇ ਕੰਨੀ ਜਾਂਦੀ। ਮਾੜਾ ਮੋਟਾ ਦਿਮਾਗ ਤੋਂ ਕੰਮ ਲਈਦਾ ਹੁੰਦਾ। ਚੱਲ ਕੋਈ ਗੱਲ ਨਹੀਂ ਭੂਆ। ਭੂਆ ਵੀ ਨਾ ਬਿਨਾਂ ਗੱਲ ਤੋਂ ਟੋਕ ਟਕਈ ਕਰਦੀ ਰਹਿੰਦੀ ਹੈ ਮੇਰੇ ਨਾਲ, ਵੀ ਦੱਸ ਤੂੰ 4 ਦਿਨ ਆਈ ਆ ਸਾਡੇ ਕੋਲੇ, ਮੇਰੇ ਕੰਮ ਆ ਮੈਂ ਹੀ ਕਰਨੇ ਆ, ਕਿਹੜਾ ਕਿਸੇ ਹੋਰ ਨੇ ਕਰਨੇ ਆ, ਮੈਂ ਆਪਦੇ ਢੰਗ ਨਾਲ ਕਰਦੀ ਤਾਂ ਆਈ ਆ ਹੁਣ ਤੱਕ। ਚੱਲ ਕੋਈ ਗੱਲ ਨਹੀਂ ਯਾਰ, ਤੈਨੂੰ ਪਤਾ ਤਾਂ ਹੈ ਭੂਆ ਦੀ ਆਦਤ ਦਾ। ਆਦਤ ਤਾਂ ਹੈਗੀ ਆ, ਪਹਿਲਾਂ ਸਵੇਰੇ ਮੈਨੂੰ ਕਹਿੰਦੀ ਸੁਨੇਹਾ ਉੱਠਿਆ ਕਰ, ਆ ਨਹੀਂ ਕਰਦੀ ਬਾਹ ਨਹੀਂ ਕਰਦੀ, ਐਂ ਕਰਦੀ ਆ ਭੂਆ। ਚੱਲ ਕੋਈ ਗੱਲ ਨਹੀਂ ਮਨਦੀਪ, ਤੈਨੂੰ ਪਤਾ ਤਾਂ ਹੈਗਾ ਭੂਆ ਦਾ, ਇਹਨੇ ਤਾਂ ਮਾੜੀ ਮੋਟੀ ਟੋਕ ਟਕਾਈ ਕਰੀ ਜਾਣੀ ਹੁੰਦੀ ਹੈ। ਕਹੀ ਜਾਣਾ ਹੁੰਦਾ, ਆਪਦੀ ਨੂੰਹ ਨੂੰ ਕਹੇ ਨਾ, ਭੂਆ ਨੂੰ ਪਤਾ ਵੀ ਮੈਂ ਉਹਦੇ ਨਾਲ ਤਾਂ ਸਾਰੀ ਉਮਰ ਕੱਢਣੀ ਆ, ਉੱਥੇ ਕਹੇ ਜਿਹੜਾ ਕੁਛ ਕਹਿਣਾ, ਇੱਥੇ ਆ ਕੇ ਮੇਰੇ ਤੇ ਉਂਗਲੀ ਲੀਡਰੀ ਝਾੜਦੀ ਆ ਭੂਆ। ਚੱਲ ਕੋਈ ਗੱਲ ਨਹੀਂ ਮਨਦੀਪ, ਹਾਂਜੀ ਕਿਵੇਂ ਕਰੋਗੇ ਤੁਸੀਂ ਕੱਢ ਲੈਂਦੇ ਟਾਈਮ ਜਾਣ ਵਾਸਤੇ? ਬਾਗ ਚੱਲਦੇ ਆ ਮਨਦੀਪ। ਕਿੱਥੇ ਜਾਣਾ ਹੈ? ਭੂਆ ਮਨਦੀਪ ਦਾ ਸਮਾਨ ਮੁੱਕਿਆ ਪਿਆ, ਮੇਕਅਪ ਦਾ, 2-3 ਦਿਨਾਂ ਦੀ ਕਹੀ ਜਾਂਦੀ ਹੈ ਇਹ, ਮਹਾਂ ਚੱਲ ਦਵਾ ਲਿਆਉਂ।
ਐਵੇਂ ਨਾ ਨਹੀਂ ਫਾਲਤੂ ਖਰਚਾ ਕਰਿਆ ਕਰ, ਹਿਸਾਬ ਸਿਰ ਦਾ ਮੇਕਅਪ ਕਰ ਲਿਆ ਕਰ। ਉਹ ਸਾਡੇ ਵਾਲੀ ਵੀ ਨਾ ਬਾਹਲਾ ਹੀ ਖਰਚ ਕਰਦੇ ਆ ਮੇਕਅਪ ਤੇ। ਨਹੀਂ ਨਹੀਂ ਨਜਾਇਜ਼ ਖਰਚਾ ਨਹੀਂ ਮੈਂ ਕਰਦੀ ਭੂਆ, ਜਿਹੜਾ ਮਾੜਾ ਮੋਟਾ ਸਮਾਨ ਜਨਾਨੀਆਂ ਨੇ ਲਾਉਣਾ ਹੁੰਦਾ ਉਹ ਤਾਂ ਲਿਆਉਣਾ ਹੀ ਪੈਂਦਾ, ਉਹ ਤਾਂ ਹਰੇਕ ਹੀ ਲੈ ਕੇ ਆਉਂਦੀ ਆ ਹੁਣ। ਨਹੀਂ ਸਾਡੇ ਵੇਲੇ ਤਾਂ ਕੋਈ ਮੇਕਅਪ ਨਹੀਂ ਹੁੰਦਾ ਸੀ, ਨਹਾ ਧੋ ਕੇ ਮਾੜਾ ਮੋਟਾ ਸੁਰਮਾ ਪਾ ਲੈਂਦੀਆਂ ਜਾਂ ਬੇਸਣ ਦਹੀਂ ਨਾਲ ਮੂੰਹ ਧੋ ਲੈਂਦੀਆਂ ਜਾਂ ਰੰਗਲੀ ਜੀ ਦਾਤਣ ਕਰ ਲੈਂਦੀਆਂ ਮਾੜੀ ਮੋਟੀ। ਉਦੋਂ ਟਾਈਮ ਹੋਰ ਹੁੰਦਾ ਸੀ ਭੂਆ, ਹੁਣ ਟਾਈਮ ਹੋਰ ਆ, ਉਹ ਜ਼ਮਾਨੇ ਬਾਗੇ। ਆਹੋ ਬਾਗਿਆ ਜ਼ਮਾਨਾ, ਹੁਣ ਤਾਂ ਤੇਰਾ ਆ ਗਿਆ ਨਾ ਵੱਡੀ ਹੇਮਾ ਮੰਨਣੀ ਦਾ। ਹੇਮਾ ਮਾਲਣੀ ਦਾ ਵੀ ਕਿਹੜਾ ਜ਼ਮਾਨਾ ਭੂਆ, ਉਹ ਤਾਂ ਤੁਹਾਡੇ ਟਾਈਮ ਦੀਆਂ ਹੁੰਦੀਆਂ ਸੀ, ਹੁਣ ਤਾਂ ਨਵੀਆਂ ਤੋਂ ਨਵੀਆਂ ਆਈਆਂ ਪਈਆਂ ਜਿਨ੍ਹਾਂ ਦੇ ਨਾਮ ਵੀ ਨਹੀਂ ਪਤਾ। ਚਲੋ ਫਿਰ ਮੈਂ ਹੋਵਾਂ ਤਿਆਰ। ਹਾਂ ਹੋ ਜਾ ਤਿਆਰ ਮਨਦੀਪ, ਠੀਕ ਆ ਭੂਆ, ਫਿਰ ਅਸੀਂ ਜਾ ਆਈਏ। ਹੈ ਛੇਤੀ ਮੁੜ ਆਇਓ, ਕਿਤੇ ਉੱਥੇ 2 ਘੰਟੇ ਲਾ ਜਾਓ। ਨਾ ਨਾ ਬਸ ਅੱਡੇ 'ਤੇ ਜਾ ਕੇ ਆਉਣਾ। ਚੰਗਾ ਜਾ ਆਓ। ਫੋਨ ਪਤਾ ਨਹੀਂ ਕਿਹਦਾ ਆ ਗਿਆ। ਇਹ ਤਾਂ ਮੇਰੀ ਬੇਬੇ ਦਾ ਫੋਨ ਆ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਕਿਵੇਂ ਆ ਮਨਦੀਪ? ਠੀਕ ਠਾਕ ਬੇਬੇ, ਤੂੰ ਦੱਸ? ਠੀਕ ਆ ਪੁੱਤ, ਮੈਂ ਤਾਂ। ਚਲ ਵਧੀਆ ਗੱਲ ਆ, ਹੋਰ ਸੁਣਾ ਬੇਬੇ? ਠੀਕ ਠਾਕ ਹੈ। ਮੈਂ ਤਾਂ ਪੁੱਤ ਐਂ ਸੋਚਦੀ ਸੀ ਮੈਂ ਕਿਹਾ ਮਨਦੀਪ ਕੋਲੇ ਜਾ ਕੇ ਆਵਾਂ, ਤਿਲ ਵੀ ਲਾ ਕੇ ਜਾਊਂਗੀ 2-4 ਦਿਨ। ਅੱਛਾ, ਕੋਈ ਗੱਲ ਨਹੀਂ ਬੇਬੇ, ਆ ਜੀ ਫਿਰ। ਊਂ ਤਾਂ ਸਾਡੀ ਭੂਆ ਵੀ ਆਈ ਹੋਈ ਆ। ਅੱਛਾ, ਚੱਲ ਪੁੱਤ ਫਿਰ ਮੈਂ ਠਹਿਰ ਕੇ ਆ ਜਾਊਂਗੀ। ਨਾ ਫੇਰ ਕਦੋਂ ਆਏਂਗੀ ਬੇਬੇ, ਹੁਣ ਕੁਛ ਨਹੀਂ ਹੁੰਦਾ, ਤੂੰ ਆ ਜੀ। ਚੱਲ ਠੀਕ ਹੈ ਪੁੱਤ, ਆ ਜਾਊਂਗੀ ਫਿਰ ਮੈਂ। ਠੀਕ ਆ ਬੇਬੇ, ਚੰਗਾ ਚੰਗਾ। ਮੇਰੀ ਗੱਲ ਸੁਣਿਓ, ਬੇਬੇ ਦਾ ਫੋਨ ਆਇਆ ਸੀ, ਆਉਂਦੀ ਆਪਣੇ ਕੋਲੇ, ਕਹਿੰਦੀ ਲਾ ਕੇ ਜਾਊਂਗੀ 1-2 ਦਿਨ। ਮੈਂ ਕਿਹਾ ਕੋਈ ਗੱਲ ਨਹੀਂ ਬੇਬੇ, ਆ ਜਾ। ਅੱਛਾ, ਚੱਲ ਕੋਈ ਗੱਲ ਨਹੀਂ, ਫਿਰ ਆ ਜਾਂਦੇ। ਹਾਂ ਮੈਂ ਦੱਸਿਆ ਸੀ ਬੇਬੇ ਨੂੰ ਵੀ ਸਾਡੀ ਭੂਆ ਆਈ ਹੋਈ ਆ, ਬੇਬੇ ਕਹਿੰਦੀ ਚੱਲ ਕੋਈ ਗੱਲ ਨਹੀਂ, ਜੇ ਤੁਹਾਡੀ ਭੂਆ ਆਈ ਹੋਈ ਆ ਮੈਂ ਫੇਰ ਆ ਜਾਊਂਗੀ। ਮੈਂ ਕਿਹਾ ਬੇਬੇ ਕੋਈ ਗੱਲ ਨਹੀਂ, ਤੂੰ ਆ ਜਾ। ਫਿਰ ਕਹਿੰਦੀ ਚੱਲ ਮੈਂ ਆਉਣੀ ਆ। ਆਹੋ ਚੱਲ, ਐਂ ਕੀ ਹੁੰਦਾ, ਆ ਜਾਂਦੇ ਬੇਬੇ ਨੂੰ ਵੀ। ਉਹੀ ਤਾਂ ਗੱਲ ਆ, ਮੈਂ ਕਿਹਾ ਹੁਣ ਤਾਂ ਬੇਬੇ ਦਾ ਵਿਚਾਰ ਬਣਿਆ ਹੋਇਆ ਆਪਣੇ ਕੋਲੇ ਰਹਿਣ ਦਾ, ਫਿਰ ਬਣੇ ਭਾਵੇਂ ਨਾ ਬਣੇ। ਸਹੀ ਗੱਲ ਹੈ ਭੂਆ, ਮਨਦੀਪ ਦੀ ਬੇਬੇ ਨੇ ਆਉਣਾ ਅੱਜ। ਅੱਛਾ, ਚੱਲ ਵਧੀਆ ਗੱਲ ਹੈ। ਹਾਂ ਭੂਆ, ਬੇਬੇ ਦਾ ਫੋਨ ਆਇਆ ਸੀ, ਉਹ ਵੀ ਆ ਰਹੀ ਆ, ਰਹੂਗੀ ਆਪਣੇ ਕੋਲੇ 1-2 ਦਿਨ, ਲਾ ਕੇ ਜਾਊਗੀ। ਮੈਂ ਕਿਹਾ ਚੱਲ ਵਧੀਆ, ਬੇਬੇ ਤੇ ਤੇਰਾ ਸਾਥ ਬਣ ਜੂਗਾ। ਸਹੀ ਗੱਲ ਹੈ ਮਨਦੀਪ ਦੀ ਭੂਆ, ਵਧੀਆ ਤੁਹਾਡਾ ਸਾਥ ਬਣ ਜੂਗਾ। ਸਾਥ ਤਾਂ ਬਣ ਜੂਗਾ, ਘੱਟੋ ਘੱਟ ਉਹ ਮੇਰੇ ਕੋਲੇ ਬੈਠੀ ਤਾਂ ਰਹੂਗੀ। ਤੂੰ ਤਾਂ ਕੰਮ ਕਰਦੀ ਫਿਰਦੀ ਰਹਿਣੀ ਆ, ਮੇਰੇ ਕੋਲੇ ਬਹਿੰਦੀ ਨਹੀਂ, ਕਦੇ ਕਹਿ ਦਿੰਦੀ ਆ ਉਹ ਕਰਨਾ, ਕਦੇ ਕਹਿ ਦਿੰਦੀ ਆ ਉਹ ਕਰਨਾ, ਕੁਲਦੀਪ ਖੇਤ ਨੂੰ ਵਗ ਜਾਂਦਾ। ਲੈ ਭੂਆ, ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਤੂੰ ਆਪ ਹੀ ਤਾਂ ਕਹਿੰਦੀ ਰਹਿੰਦੀ ਆ ਤੂੰ ਆਹ ਕੰਮ ਨਹੀਂ ਕਰਦੀ, ਤੂੰ ਉਹ ਕੰਮ ਨਹੀਂ ਕਰਦੀ, ਹੁਣ ਤੂੰ ਆਪ ਹੀ ਕਹੀ ਜਾਂਦੀ ਆ, ਤੂੰ ਮੇਰੇ ਕੋਲੇ ਨਹੀਂ ਖੜਦੀ। ਸਹੀ ਗੱਲ ਹੈ, ਉਹ ਤਾਂ ਫਿਰ ਮੈਂ ਕਹਿਣਾ ਹੀ ਹੈ, ਜੇ ਟਾਈਮ ਨਾਲ ਕੰਮ ਕਰ ਲਿਆ ਕਰੋ, ਫੇਰ ਹੀ ਨਿਬੜੇ, ਇੱਕ ਦੀ ਲੱਤ ਫੜ ਲੈਣੀ, ਇੱਕ ਦੀ ਬਾਂਹ ਫੜ ਲੈਣੀ ਹੈ, ਤਾਂ ਹੀ ਤਾਂ ਇੱਥੋਂ ਕੰਮ ਨਹੀਂ ਨਿਬੜਦੇ। ਮੈਨੂੰ ਤਾਂ ਨਿੱਕੂ ਨੂੰ ਕਹਿੰਦੀ ਨੂੰ ਹਫ਼ਤਾ ਹੋ ਗਿਆ ਵੀ ਮੈਂ ਮਨਦੀਪ ਕੋਲੇ ਜਾ ਕੇ ਆਵਾਂ, 2-4 ਦਿਨ ਲਾਏ ਆਵਾਂ, ਨੂੰ ਪੁੱਤੇ ਤਾਂ ਨਿਕਲੇ ਨਹੀਂ ਜਾਂਦਾ ਘਰੋਂ। ਨਿਕਲਿਆ ਕਿੱਥੇ ਜਾਂਦਾ ਭੈਣੇ, ਜਵਾਕ ਜੇ ਨਿਕਲਣ ਹੀ ਨਹੀਂ ਦਿੰਦੇ, ਧੱਕੇ ਨਾਲ ਨਿਕਲਣਾ ਪੈਂਦਾ ਹੈ। ਸਹੀ ਗੱਲ ਹੈ ਭੈਣੇ, ਮੈਂ ਤਾਂ ਆਪ ਮਸਾਂ ਆਈ ਹਾਂ, ਜੇ ਮੈਂ ਕਿਤੇ 1-2 ਦਿਨ ਵਗ ਜਾਂ, ਮਗਰੋਂ ਫੋਨ ਤੇ ਫੋਨ ਕਰੀ ਜਾਂਦੇ ਨੇ, ਭਾਅ ਦੀ ਬਣ ਜਾਂਦੀ ਆ ਉਹਨਾਂ ਦੀ। ਤੇ ਹੋਰ ਭੈਣੇ, ਸੁੱਖ ਪਿਆ ਹੋਇਆ ਨਾ ਇਹਨਾਂ ਨੂੰ ਵੀ ਬੁੜੀਆਂ ਕਰਵਾ ਦਿੰਦੀਆਂ ਨੇ ਮਾੜਾ ਮੋਟਾ ਡੰਗਰ ਬੱਚੇ ਦਾ, ਆਹ ਕਰ ਲੈ ਬੇਬੇ ਆਹ ਕਰ ਲੈ, ਮਗਰੋਂ ਇਹਨਾਂ ਨੂੰ ਆਪ ਕਰਨਾ ਪੈਂਦਾ, ਜਿਹੜੀ ਗੱਲ ਹੈ। ਸਹੀ ਗੱਲ ਹੈ ਭੈਣੇ ਤੇਰੀ ਜਮਾ। ਹੋਰ ਮਨਦੀਪ ਕਿਵੇਂ ਆ, ਠੀਕ ਠਾਕ ਹੈ? ਹਾਂ ਬੇਬੇ ਠੀਕ ਠਾਕ, ਤੁਸੀਂ ਦੱਸੋ? ਠੀਕ ਆ ਪੁੱਤ, ਚਲ ਵਧੀਆ ਗੱਲ ਆ। ਚਲ ਬੇਬੇ ਤੁਸੀਂ ਕਰੋ ਗੱਲਾਂ, ਮੈਂ ਪਾਣੀ ਲੈ ਕੇ ਆਉਣੀ ਆ। ਲੈ ਆ ਪੁੱਤ। ਹੋਰ ਭੈਣ ਜੀ ਤੇਰੇ ਗੋਡੇ ਗਿੱਟੇ ਕਿਵੇਂ ਨੇ? ਠੀਕ ਹੈ ਭੈਣ ਜੀ, ਵਧੀਆ। ਹੋਰ ਵਧੀਆ ਰਹਿੰਦੀਆਂ ਨੇ ਸਿਹਤਾਂ? ਹਾਂ ਵਧੀਆ। ਚੱਲ ਚੰਗੀ ਗੱਲ ਹੈ, ਟਾਈਮ ਪਾਸ ਹੋਈ ਜਾਂਦਾ ਜਿਹੜਾ ਦਵਾਈ ਬੂਟੀ ਖਾ ਕੇ। ਹਾਂ ਭੈਣੇ, ਅੱਜ ਕੱਲ੍ਹ ਤਾਂ ਫਿਰ ਦਵਾਈ ਬੂਟੀ ਨਾਲ। ਹਾਂ।
ਦਵਾਈ ਬੂਟੀ ਨਾਲ ਹੀ ਆ, ਜਿਹੜਾ ਬੇੜਾ ਲੰਘਦਾ ਵਧੀਆ ਵਧੀਆ ਚੱਲ। ਲੈ ਬੇਬੇ ਪਾਣੀ। ਨਾ ਮੇਰੇ ਵਾਸਤੇ ਵੀ ਲੈ ਆਉਂਦੀ ਇੱਕ ਗਲਾਸ, ਹੁਣ ਮਾਂ ਆ ਗਈ ਭੁੱਲ ਗਈ ਭੂਆ ਨੂੰ। ਨਹੀਂ ਨਹੀਂ ਭੁੱਲਣਾ ਕਾਹਤੋਂ ਆ ਭੂਆ, ਇੱਕ ਮਿੰਟ ਮੈਂ ਲੈ ਕੇ ਆਉਂਦੀ ਆ ਪਾਣੀ। ਬੇਬੇ ਤੂੰ ਹੋਰ ਪੀਏਂਗੀ ਪਾਣੀ? ਨਾ ਬਸ ਪੁੱਤ। ਚੱਲ ਮੈਂ ਲੈ ਕੇ ਆਉਂਦੀ ਆ ਭੂਆ ਪਾਣੀ। ਹੁਣ ਮਾਂ ਆ ਗਈ ਭੂਆ ਨੂੰ ਭੁੱਲੀ ਗਈ। ਨਹੀਂ ਨਹੀਂ ਭੈਣੇ, ਅਸੀਂ ਜੀ ਤਾਂ ਕੋਈ ਗੱਲ ਨੀ, ਉਹਦੇ ਦਿਮਾਗ ਚ ਨੀ ਆਈ ਗੱਲ। ਆਹੋ ਹੁਣ ਕਾਹਨੂੰ ਦਿਮਾਗ ਚ ਆਉਂਦੀ ਉਹਦੇ? ਨਹੀਂ ਨਹੀਂ ਭੈਣ ਜੀ, ਅਸੀਂ ਜੀ ਕੋਈ ਗੱਲ ਨੀ। ਮੇਰੇ ਧਿਆਨ ਚ ਹੀ ਨੀ ਆਇਆ ਭੂਆ, ਤੂੰ ਪਹਿਲਾਂ ਚਾਹ ਪੀਤੀ ਸੀ ਨਾ, ਮੈਂ ਕਿਹਾ ਕੀ ਆ ਨਾ ਪੀਣਾ ਹੋਵੇ ਭੂਆ ਨੇ ਪਾਣੀ, ਨਹੀਂ ਮੈਂ ਲੈ ਹੀ ਆਉਣਾ ਸੀ। ਆਹੋ ਆਹੋ ਕੁੜੇ, ਹੁਣ ਕਿੰਨੇ ਮਰਜ਼ੀ ਬਹਾਨੇ ਬਣਾ ਲੈ, ਸਿੱਧੀ ਜੀ ਗੱਲ ਹੈ, ਹੁਣ ਮਾਂ ਆ ਗਈ ਭੂਆ ਕਿਤੇ ਜ਼ਿਆਦਾ। ਨਹੀਂ ਨਹੀਂ ਭੂਆ, ਇਹ ਜੀ ਤਾਂ ਕੋਈ ਗੱਲ ਨਹੀਂ, ਤੇਰਾ ਮਾਨ ਸਤਿਕਾਰ ਤਾਂ ਅਸੀਂ ਪੂਰਾ ਕਰਦੇ ਆ। ਕੋਈ ਨਹੀਂ, ਗਲਾਸ ਲੈ ਜਾ ਲੈ ਕੁੜੇ, ਕਰਨਾ ਹੀ ਪੈਣਾ ਮਾਨ ਆਦਰ, ਤਾਂ ਮੇਰੇ ਭਾਈ ਦਾ ਘਰ ਹੈ, ਜੇ ਨਾ ਕਰਿਆ ਨਾ ਫਿਰ ਮੈਂ ਹਿੱਸਾ ਮੰਗ ਲੂ ਜਿਹੜਾ ਬਣਦਾ, ਕਿਉਂ ਭੈਣ ਜੀ? ਸਹੀ ਗੱਲ ਹੈ ਭੈਣ ਜੀ, ਹੋਰ ਫਿਰ ਐਂ ਕਰਨਾ ਪਊਗਾ ਭੈਣ ਜੀ, ਮੈਂ ਤਾਂ ਮੇਰੇ ਭਰਾ ਨੂੰ ਹਿੱਸਾ ਛੱਡਤਾ ਸੀ, ਜਦੋਂ ਇਹ ਮੇਰੀ ਪੁੱਛ ਦੱਸ ਨਹੀਂ ਕਰਨਗੇ ਫਿਰ ਮੇਰੇ ਇਹ ਕੀ ਲੱਗਦੇ ਨੇ, ਮੇਰੀ ਤਾਂ ਇਸ ਘਰ 'ਚ ਸਾਂਝ ਹੈ, ਮੈਂ ਤਾਂ ਆਉਂਦੀ ਸੀ। ਨਹੀਂ ਨਹੀਂ ਭੂਆ, ਇਹ ਕਿਵੇਂ ਹੋ ਸਕਦਾ ਅਸੀਂ ਤੇਰੀ ਪੁੱਛ ਗਿੱਛ ਨਾ ਕਰੀਏ, ਅੱਜ ਤੱਕ ਇਹੋ ਜਿਹਾ ਕੁਛ ਹੋਇਆ? ਉਹੀ ਤਾਂ ਗੱਲ ਹੈ ਭੈਣ ਜੀ, ਇਹ ਤਾਂ ਤੁਹਾਡਾ ਬਹੁਤ ਮਾਨ ਸਤਿਕਾਰ ਕਰਦੇ ਨੇ, ਮੇਰੇ ਲਵੇ ਗੱਲਾਂ ਕਰਦੇ ਹੁੰਦੇ ਆ ਨਾ। ਠੀਕ ਹੈ, ਲੈ ਕੁਲਦੀਪ ਵੀ ਆ ਗਿਆ, ਖੇਤ ਗਿਆ ਹੋਊਗਾ ਗੇੜਾ ਮਾਰਨ। ਸਤਿ ਸ੍ਰੀ ਅਕਾਲ ਬੇਬੀ। ਸਤਿ ਸ੍ਰੀ ਅਕਾਲ ਪੁੱਤ, ਹੋਰ ਠੀਕ ਹੈ? ਹਾਂ ਠੀਕ ਹੈ ਬੇਬੀ, ਵਧੀਆ। ਚੱਲ ਚੰਗਾ ਪੁੱਤ, ਹੋਰ ਤੁਸੀਂ ਦੱਸੋ ਠੀਕ ਠਾਕ? ਹਾਂ ਪੁੱਤ ਠੀਕ ਠਾਕ, ਵਧੀਆ। ਬੇਬੇ ਤੂੰ ਕਿੱਧਰ ਦੀ ਲੰਘ ਆਈ, ਮੈਨੂੰ ਤਾਂ ਕਿਤੇ ਦਿਸੀ ਨਹੀਂ, ਮੈਂ ਸੱਥ 'ਚ ਹੀ ਬੈਠਾ ਸੀ, ਮੈਂ ਕਿਹਾ ਚੱਲ ਬੇਬੇ ਇੱਥੋਂ ਦੀ ਲੰਘੂਗੀ ਪਤਾ ਲੱਗ ਜੂਗਾ। ਅੱਛਾ ਅੱਛਾ, ਤੁਹਾਡੇ ਉਹ ਦੁਕਾਨ ਨਹੀਂ ਬਾਣੀਏ ਦੀ, ਮੈਂ ਤਾਂ ਉਹਦੀ ਮਾਂਗਰਲੀ ਗਲੀ ਆ ਗਈ। ਠੀਕ ਹੈ, ਮੈਂ ਵੀ ਕਿਹਾ ਮੈਂ ਬੇਬੇ ਪਤਾ ਨਹੀਂ ਕਿੱਧਰ ਦੀ ਲੰਘ ਗਈ, ਮੈਨੂੰ ਤਾਂ ਕਿਤੇ ਦਿਸੀ ਨਹੀਂ, ਬੇਬੇ ਘਰੇ ਬੈਠੀ ਹੈ। ਅੱਛਾ, ਨਹੀਂ ਨਹੀਂ ਮੈਂ ਤਾਂ ਪਰਾਂ ਦੀ ਆ ਗਈ ਪੁੱਤ, ਹੋਰ ਦੱਸ ਫਸਲਵਾੜੀ ਠੀਕ ਹੈ ਕੁਲਦੀਪ? ਹਾਂ ਹਾਂ ਫਸਲਵਾੜੀ ਠੀਕ ਹੈ ਬੇਬੇ, ਹੋਰ ਸੁਣਾ, ਉੱਥੇ ਠੀਕ ਸੀ ਆਪਣੇ ਨਿੱਕੂ ਵਰਗੇ? ਹਾਂ ਪੁੱਤ ਸਾਰੇ ਠੀਕ ਸੀ, ਮੈਂ ਤਾਂ ਪੁੱਤ ਕਿੰਨੇ ਦਿਨਾਂ ਦੀ ਆਉਣ ਨੂੰ ਫਿਰਦੀ ਸੀ। ਅੱਛਾ ਚਲ ਵਧੀਆ ਕੀਤਾ ਬੇਬੇ ਆ ਗਈ। ਹੋਰ ਪੁੱਤ ਜਵਾਕ ਜੇ ਨਿਕਲਣ ਹੀ ਨਹੀਂ ਦਿੰਦੇ, ਕਹਿੰਦੇ ਨੇ ਅੱਜ ਵਗ ਜੀ ਸਵੇਰ ਵਗ ਜੀ, ਕੋਈ ਨਾ ਕੋਈ ਕੰਮ ਧੰਦਾ ਕੱਢੀ ਰੱਖਦੇ ਨੇ, ਮੈਂ ਤਾਂ ਫਿਰ ਅੱਜ ਕਿਹਾ ਮਹਾਂ ਭਾਈ ਅੱਜ ਤਾਂ ਮੈਂ ਜਾਣੀ ਜਾਣਾ, 4 ਦਿਨ ਡੰਗਰ ਵੱਛਾ ਤੁਸੀਂ ਆਪੇ ਸਾਂਭ ਲਿਓ। ਅੱਛਾ ਅੱਛਾ, ਉਹ ਫਿਰ ਨਿੱਕੂ ਤਾਂ ਆ ਬੇਬੇ, ਤੈਨੂੰ ਪਤੀ ਆਪਦੇ ਕੰਮ ਧੰਦੇ 'ਚ ਰੁੱਝਿਆ ਰਹਿੰਦਾ, ਤੂੰ ਮਾੜਾ ਮੋਟਾ ਡੰਗਰ ਵੱਛੇ ਦਾ ਘਰੇ ਕਰਾਦਾ ਨਹੀਂ, ਤੇਰਾ ਲਾਲਚ ਹੋ ਜਾਂਦਾ। ਮੈਂ ਤਾਂ ਆਪ ਕਰਾਉਂਦੀ ਆ ਭੈਣੇ ਡੰਗਰ ਪਸ਼ੂਆਂ ਦਾ ਕੰਮ, ਸਾਰਾ ਕੰਮ ਮੈਨੂੰ ਸਮਾਇਆ ਹੋਇਆ ਮੈਸਾਂ ਦਾ ਤਾਂ। ਹਾਂ ਹਾਂ ਮੈਨੂੰ ਪਤਾ ਹੈ ਭੂਆ, ਚੱਲ ਵੈਸੇ ਤਾਂ ਵਧੀਆ ਰਹਿੰਦਾ, ਵੱਡੀ ਉਮਰ 'ਚ ਵੀ ਜੇ ਬੰਦਾ ਮਾੜਾ ਮੋਟਾ ਕੰਮ ਧੰਦਾ ਕਰਾਉਂਦਾ ਰਹੇ ਚੰਗਾ ਰਹਿੰਦਾ। ਆਹੋ ਉਹ ਤਾਂ ਵਧੀਆ ਰਹਿੰਦੇ ਹੀ ਹੈ, ਕਿਤੇ ਤੁਸੀਂ ਨਾ ਲੱਗ ਜਾਓ ਕਹਿਣ ਵੀ ਭੂਆ ਸਾਡੇ ਘਰੇ ਵੀ ਹੱਥ ਪੱਲਾ ਚਲਾ ਲਿਆ ਕਰ, ਕਿਤੇ ਤੁਸੀਂ ਨਾ ਮੈਨੂੰ ਡੰਗਰਾਂ ਦੇ ਦਾਲੇ ਕਰ ਦਿਓ। ਨਾ ਨਾ ਭੂਆ, ਇਹ ਕਿਵੇਂ ਹੋ ਸਕਦਾ, ਤੇਥੋਂ ਕੰਮ ਥੋੜਾ ਕਰਾਉਣਾ ਸੀ। ਮੈਨੂੰ ਤਾਂ ਤੁਹਾਡੇ ਲੱਛਣ ਦਿਸੀ ਜਾਂਦੇ ਨੇ, ਆਹ ਦੇਖ ਲੈ ਇਹਦੀ ਮਾਂ ਆ ਗਈ, ਭੂਆ ਨੂੰ ਤਾਂ ਭੁੱਲੀ ਗਈ ਵੀ ਤੂੰ ਪਾਣੀ ਦਾ ਗਲਾਸ ਇਹਨੂੰ ਲਿਆਉਣੀ, ਆਪਦੀ ਮਾਂ ਨੂੰ ਇੱਕ ਗਲਾਸ ਮੈਨੂੰ ਵੀ ਲਿਆ ਦੇ। ਓਹੋ ਭੂਆ, ਮੈਂ ਤੈਨੂੰ ਦੱਸੀ ਤਾਂ ਜਾਨੀ ਆ ਵੀ ਮੇਰੇ ਦਿਮਾਗ 'ਚ ਨਹੀਂ ਰਿਹਾ, ਬਾਅਦ 'ਚੋਂ ਤੈਨੂੰ ਮੈਂ ਲਿਆ ਨਹੀਂ ਦਿੱਤਾ ਪਾਣੀ। ਹੁਣ ਤਾਂ ਲਿਆ ਕੇ ਦੇਣਾ ਹੀ ਸੀ ਤੂੰ, ਦੇਖ ਲੈ ਕੁਲਦੀਪ ਮੈਂ ਇਹਨੂੰ ਕਹਿਤਾ, ਮੈਂ ਕਿਹਾ ਜੇ ਮੇਰੀ ਪੁੱਛ ਦੱਸ ਨਾ ਕਰੀ ਮੈਂ ਤਾਂ ਆਪਦਾ ਜ਼ਮੀਨ ਦਾ ਹਿੱਸਾ ਮੰਗ ਲੈਣਾ ਜਿਹੜਾ ਮੇਰਾ ਬਣਦਾ। ਨਾ ਨਾ ਭੂਆ, ਇਹ ਕਿਵੇਂ ਹੋ ਸਕਦਾ ਵੀ ਤੇਰੀ ਪੁੱਛਗਿੱਛ ਨਾ ਕਰੀਏ ਅਸੀਂ। ਸਹੀ ਗੱਲ ਆ ਭੂਆ, ਉਹ ਤਾਂ ਕਰਨੀ ਪੈਣੀ ਆ ਪੁੱਤ, ਮੇਰੇ ਭਰਾ ਦਾ ਘਰ ਆ ਭੈਣ ਜੀ। ਸਹੀ ਗੱਲ ਆ ਭੈਣ ਜੀ, ਭਰਾ ਦੇ ਘਰ ਦਾ ਤਾਂ ਮਾਣ ਹੁੰਦਾ ਬਹੁਤ। ਉਹੀ ਤਾਂ ਗੱਲ ਆ ਭੈਣ ਜੀ, ਤਾਂ ਹੀ ਮੈਂ ਇਹਨਾਂ ਨੂੰ ਕਹਿਣੀ ਆ ਵੀ ਮੇਰਾ ਮਾਣ ਨਾ ਤੋੜ ਬੈਠਿਓ, ਫਿਰ ਮੇਰੇ ਮਗਰ ਮਗਰ ਤੁਰੇ ਫਿਰੋਗੇ, ਮੈਂ ਤਾਂ ਰੌਲਾ ਪਾ ਲੂੰ ਵੀ ਮੇਰੀ ਜ਼ਮੀਨ ਦਾ ਹਿੱਸਾ ਦਿਓ ਜਿਹੜਾ ਬਣਦਾ। ਨਹੀਂ ਨਹੀਂ ਭੈਣ ਜੀ, ਸੋਡਾ ਮਾਣ ਨਹੀਂ ਤੋੜਦੇ, ਇਹ ਬਹੁਤ ਸਿਆਣੇ ਨੇ।
ਨਾ ਨਾ ਭੂਆ, ਇਹ ਕਿਵੇਂ ਹੋ ਸਕਦਾ? ਤੇਰੇ ਹੁੰਦੇ ਤਾਂ ਸਾਨੂੰ ਕਦੇ ਬੇਬੇ ਬਾਪੂ ਦੀ ਘਾਟ ਨਹੀਂ ਮਹਿਸੂਸ ਹੋਈ। ਸਹੀ ਗੱਲ ਆ ਭੂਆ। ਮੈਂ ਤਾਂ ਮਨਦੀਪ ਤੈਨੂੰ ਇੱਕ ਗੱਲ ਕਹਿੰਦੀ ਸੀ, ਮੈਨੂੰ ਤੇਰੀ ਭੂਆ ਦੀ ਨੀਤ ਸਾਫ਼ ਨਹੀਂ ਲੱਗਦੀ। ਕਿਵੇਂ ਬੇਬੀ, ਮੈਂ ਤਾਂ ਸਮਝੀ ਨਹੀਂ ਤੇਰੀ ਗੱਲ। ਲੈ ਕੁੜੇ, ਤੂੰ ਹਜੇ ਸਮਝੀ ਨਹੀਂ ਉਹ ਕੀ ਗੱਲਾਂ ਕਰੀ ਜਾਂਦੀ ਤੀ? ਤੂੰ ਉਹਦੇ ਇਸ਼ਾਰੇ ਨਹੀਂ ਸਮਝੀ? ਉਹ ਸਿੱਧਾ ਸਿੱਧਾ ਤਾਂ ਕਹੀ ਜਾਂਦੀ ਤੀ ਵੀ ਮੈਂ ਆਪਦਾ ਹਿੱਸਾ ਲੈਣਾ ਜ਼ਮੀਨ 'ਚੋਂ। ਆਹੋ, ਉਹ ਤਾਂ ਕਹੀ ਜਾਂਦੀ ਸੀ। ਅੱਛਾ, ਤੇ ਫੇਰ ਮਾੜਾ ਮੋਟਾ ਤਾਂ ਦਿਮਾਗ ਤੋਂ ਕੰਮ ਲਾਇਆ? ਹਿੰਟ ਤਾਂ ਤੁਹਾਨੂੰ ਪਹਿਲਾਂ ਹੀ ਦੇਈ ਜਾਂਦੀ ਹੈ। ਹਿੱਸਾ ਤਾਂ ਉਹ ਮੰਗੂਗੀ, ਅੱਜ ਮੰਗ ਲੇ, ਸਵੇਰ ਮੰਗ ਲੇ, ਮੰਗੂਗੀ ਜ਼ਰੂਰ। ਮੈਂ ਤਾਂ ਭਾਈ ਉਹਦੀਆਂ ਗੱਲਾਂ ਤੋਂ ਹਿਸਾਬ ਲਾ ਲਿਆ। ਅੱਛਾ ਬੇਬੇ। ਲੈ ਦੱਸ, ਕਹਿੰਦੀ ਅੱਛਾ ਬੇਬੇ, ਨੀ ਤੂੰ ਮਾੜਾ ਮੋਟਾ ਤਾਂ ਦਿਮਾਗ ਲੜਾ। ਤੈਨੂੰ ਤੇ ਕੁਲਦੀਪ ਨੂੰ ਸਿੱਧਾ ਸਿੱਧਾ ਤਾਂ ਕਹੀ ਜਾਂਦੀ ਸੀ ਵੀ ਮੈਂ ਤਾਂ ਮੇਰੀ ਜ਼ਮੀਨ ਦਾ ਹਿੱਸਾ ਲੈ ਲੂੰ। ਮੈਂ ਤਾਂ ਰੌਲਾ ਪਾ ਕੇ ਬਹਿ ਜੂੰ ਜੇ ਮੇਰੀ ਪੁੱਛ ਗਿੱਛ ਨਾ ਕੀਤੀ। ਹਾਂ ਬੇਬੇ, ਉਹ ਤਾਂ ਬਹੁਤ ਵਾਰੀ ਕਿਹਾ ਭੂਆ ਨੇ। ਤੇ ਫੇਰ ਇਹ ਤਾਂ ਭਾਈ ਤੁਸੀਂ ਪਹਿਲੀ ਕੋਈ ਹੱਲ ਕਰ ਲਓ, ਨਹੀਂ ਤਾਂ ਇਹਨੇ ਰੌਲਾ ਪਾ ਹੀ ਲੈਣਾ। ਮੈਂ ਸੋਨੂੰ ਦੱਸ ਤਾ, 5 ਕਿੱਲੇ ਤਾਂ ਤੁਹਾਡੇ ਕੋਲੇ ਜ਼ਮੀਨ ਦੇ ਐ, ਤੁਹਾਡੇ ਬਾਪੂ ਦੀ ਕੱਲੀ ਕੱਲੀ ਭੈਣ ਐ, ਜੇ 2.5 ਕਿੱਲੇ ਇਹ ਲੈ ਗਈ ਤੁਹਾਡੇ ਕੋਲੇ ਕੀ ਰਹਿ ਜੂਗਾ? ਸਹੀ ਗੱਲ ਆ ਬੇਬੇ ਤੇਰੀ, ਕੋਈ ਗੱਲ ਨਹੀਂ, ਮੈਂ ਕਰੂੰਗੀ ਇਹਨਾਂ ਨਾਲ ਗੱਲ। ਆਹੋ ਮੇਰੀ ਗੱਲ ਸੋਣਾ, ਤੂੰ ਕੁਲਦੀਪ ਨੂੰ ਐਂ ਨਾ ਕਹੀਂ ਵੀ ਬੇਬੇ ਕਹਿੰਦੀ ਸੀ, ਨਹੀਂ ਫਿਰ ਉਹ ਕਹੂਗਾ ਖਾਨੀ ਬੇਬੇ ਉਂਗਲਾਂ ਲਾਉਂਦੀ ਐ। ਤੂੰ ਆਪਦੇ ਹਿਸਾਬ ਨਾਲ ਗੱਲ ਕਹੀਂ, ਨਾਲੇ ਤੈਨੂੰ ਵੀ ਤਾਂ ਪਤਾ ਹੀ ਐ ਮੂੰਹ ਤੇ ਤਾਂ ਕਹੀ ਜਾਂਦੀ ਸੀ ਕੁਲਦੀਪ ਦੇ ਉਹ। ਹਾਂ ਹਾਂ ਠੀਕ ਆ ਬੇਬੇ, ਕੋਈ ਗੱਲ ਨਹੀਂ, ਮੈਂ ਆਪਣੇ ਹਿਸਾਬ ਨਾਲ ਹੀ ਗੱਲ ਕਰੂੰਗੀ ਇਹਨਾਂ ਨਾਲ। ਆਹੋ ਆਪਦੇ ਹਿਸਾਬ ਨਾਲ ਹੀ ਗੱਲ ਕਰੀ, ਮੇਰਾ ਨਾਮ ਨਾ ਲੈਣੀ ਕਿਤੇ। ਕੋਈ ਗੱਲ ਨਹੀਂ ਬੇਬੇ। ਤੁਹਾਡਾ ਵੀ ਨਾ ਟੀਵੀ ਤੋਂ ਜੀ ਨਹੀਂ ਅੱਕਦਾ। ਕਿਵੇਂ, ਕੀ ਗੱਲ ਹੋ ਗਈ ਮੰਨੀ ਭਾ? ਸੱਚ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਦੱਸ। ਆਪਣੀ ਜਿਹੜੀ ਭੂਆ ਨਾ, ਹਾਂ, ਇਹਦੀਆਂ ਗੱਲਾਂ ਮੈਨੂੰ ਠੀਕ ਨਹੀਂ ਲੱਗਦੀਆਂ। ਕਿਵੇਂ ਕਿਵੇਂ ਨਹੀਂ ਠੀਕ ਲੱਗਦੀਆਂ ਮੰਨੀ ਭਾ? ਭੂਆ ਆਪਾਂ ਨੂੰ ਨਾ ਬਾਰੀ ਬਾਰੀ ਆਹੀ ਗੱਲ ਕਹੀ ਜਾਂਦੀ ਹੈ, ਜੇ ਤੁਸੀਂ ਮੇਰੀ ਪੁੱਛ ਗਿੱਛ ਨਾ ਕੀਤੀ ਨਾ ਮੈਂ ਰੌਲਾ ਪਾ ਲੈਣਾ ਜ਼ਮੀਨ ਪਿੱਛੇ, ਆਪਣਾ ਹਿੱਸਾ ਮੰਗ ਲੈਣਾ। ਮੈਨੂੰ ਤਾਂ ਐ ਲੱਗਦਾ ਭੂਆ ਆਪਣੇ ਨਾਲ ਜ਼ਰੂਰ ਰੌਲਾ ਪਾਊਗੀ ਕਿਸੇ ਨਾ ਕਿਸੇ ਦਿਨ ਜ਼ਮੀਨ ਪਿੱਛੇ। ਨਾ ਨਾ ਯਾਰ, ਇਹ ਕਿਵੇਂ ਹੋ ਸਕਦਾ? ਲੈ ਦੱਸ, ਕਹਿੰਦੇ ਇਹ ਕਿਵੇਂ ਹੋ ਸਕਦਾ? ਆਹੀ ਗੱਲ ਬਾਰੀ ਬਾਰੀ ਕਹੀ ਜਾਂਦੀ ਸੀ, ਤੂੰ ਮੈਨੂੰ ਪਾਣੀ ਨਹੀਂ ਲਿਆ ਕੇ ਦਿੱਤਾ, ਤੂੰ ਮੈਨੂੰ ਪਾਣੀ ਨਹੀਂ ਲਿਆ ਕੇ ਦਿੱਤਾ, ਫਿਰ ਤੁਹਾਡੇ ਮੂੰਹ ਤੇ ਵੀ ਕਹੀ ਜਾਂਦੀ ਸੀ ਮੈਂ ਰੌਲਾ ਪਾ ਕੇ ਬਹਿ ਜਾਣਾ ਜ਼ਮੀਨ ਦਾ। ਫਿਰ ਹੁਣੇ ਤਾਂ ਭੂਆ ਵਾਸਤੇ ਮਾੜੀ ਗੱਲ ਆ ਯਾਰ ਮਨਦੀਪ, ਜੇ ਰੌਲਾ ਪਾਉਗੀ ਜ਼ਮੀਨ ਪਿੱਛੇ। ਕੇਰਾਂ ਤਾਂ ਨੇ ਬਾਪੂ ਨੂੰ ਛੱਡਤਾ ਦੀਗਾ ਜ਼ਮੀਨ ਦਾ ਹਿੱਸਾ। ਇਹ ਗੱਲਾਂ ਉਦੋਂ ਦੀਆਂ ਨੇ ਜਦੋਂ ਭੂਆ ਨੇ ਬਾਪੂ ਨੂੰ ਜ਼ਮੀਨ ਦਾ ਹਿੱਸਾ ਛੱਡਿਆ ਸੀ, ਹੁਣ ਗੱਲਾਂ ਹੋਰ ਨੇ। ਹੁਣ ਬਾਪੂ ਵੀ ਹੈ ਨਹੀਂ, ਭੂਆ ਦੇ 9 ਪੁੱਤ ਵੀ ਆ ਤੇ ਪੋਤਾ ਵੀ ਆ। ਬੰਦਾ ਬਹੁਤ ਕੁਝ ਸੋਚਣ ਲੱਗ ਜਾਂਦਾ ਹੈ। ਹੋ ਸਕਦਾ ਲਾਡੀ ਤੇ ਉਹਦੀ ਘਰਵਾਲੀ ਕਹਿੰਦੇ ਹੁਣ ਭੂਆ ਨੂੰ ਵੀ ਇਹਨਾਂ ਤੋਂ ਜ਼ਮੀਨ ਦਾ ਹਿੱਸਾ ਮੰਗ। ਹੋ ਸਕਦਾ ਲਾਡੀ ਹੋਰੀ ਕਹਿੰਦੀ ਹੁਣ ਇਹਨੂੰ, ਹੈ ਅੱਜ ਕੱਲ ਕੌਣ ਸੋਚਦਾ ਬਾਈ, ਅੱਜ ਕੱਲ ਪੈਸਾ ਮੁੱਖ ਹੈ। ਉਹੀ ਤਾਂ ਗੱਲ ਤੁਹਾਨੂੰ ਮੈਂ ਕਹਿੰਦੀ ਸੀ, ਮੈਨੂੰ ਭੂਆ ਦੀਆਂ ਗੱਲਾਂ ਤੇ ਨਾ ਪੂਰਾ ਪੂਰਾ ਸ਼ੱਕ ਆ ਵੀ ਜਿਹੜਾ ਭੂਆ ਬਾਰੀ ਬਾਰੀ ਇਹ ਗੱਲ ਕਹਿੰਦੀ ਸੀ। ਚੱਲ ਕੋਈ ਗੱਲ ਨਹੀਂ, ਕਰਦੇ ਆ ਕੋਈ ਨਾ ਕੋਈ ਸਲਾਹ, ਕਿਹੜਾ ਭੂਆ ਵਗ ਜੀ ਇੱਥੋਂ। ਉਹੀ ਤਾਂ ਗੱਲ ਆ, ਤੁਸੀਂ ਕਰੋ ਕੋਈ ਇਹਦਾ ਹੱਲ। ਕੋਈ ਗੱਲ ਨਹੀਂ, ਤਾਂ ਕਰਨੀ ਪਊ ਫਿਰ, ਸੋਚ ਹੀ ਲਾਤੀ ਯਾਰ ਤਾਂ ਤੈਨੂੰ। ਮੈਂ ਇਧਰ ਆ ਰਿਹਾ ਸੀ, ਨਾਲ ਦੇ ਪਿੰਡ ਮੈਨੂੰ ਕੰਮ ਸੀ, ਜੇ ਤੂੰ ਚੱਲਣਾ ਮੇਰੇ ਨਾਲ ਤਾਂ ਦੱਸ ਦੇ, ਮੈਂ ਤੈਨੂੰ ਲੈ ਜੂੰਗਾ। ਅੱਛਾ, ਨਾਲ ਦੇ ਪਿੰਡ ਆਈ ਜਾਣਾ? ਹਜੇ ਤਾਂ ਆਈ ਨੀ ਜਾਂਦਾ, ਹਜੇ ਤਾਂ ਮੈਂ ਘਰੋਂ ਤੁਰਨਾ, ਮੈਂ ਤੈਨੂੰ ਐ ਪੁੱਛਦਾ ਸੀ, ਜੇ ਤੂੰ ਆਉਣਾ ਤਾਂ ਫਿਰ ਮੈਨੂੰ ਦੱਸ ਦੇ, ਮੈਂ ਤੈਨੂੰ ਲੈ ਜੂੰਗਾ, ਨਹੀਂ ਦੇਖ ਲੈ ਤੂੰ, ਵੈਸੇ ਤਾਂ ਬਹੁਤ ਦਿਨ ਰਹਿ ਪਈ, ਮੈਂ ਤਾਂ ਕਹਿੰਦਾ ਲਈ ਜਾਊਂਗਾ। ਚੰਗਾ ਫਿਰ ਮੈਂ ਨਾਲ ਹੀ ਵਗ ਚੱਲੂੰਗੀ ਤੇਰੇ, ਹੋ ਜਾਂਦੀ ਆ ਤਿਆਰ। ਚੱਲ ਠੀਕ ਆ, ਫਿਰ ਆ ਜੂੰਗਾ ਮੈਂ। ਚੰਗਾ, ਆ ਜੀ। ਠੀਕ ਹੈ ਠੀਕ ਹੈ। ਕਿਵੇਂ ਭੂਆ ਬਾਈ, ਲੈਣ ਆਉਣਾ ਤੈਨੂੰ? ਹੋਰ ਲੈਣ ਨਹੀਂ ਆਉਣਾ, ਹੁਣ ਜਾਣਾ ਨਹੀਂ, ਮੈਂ ਇੱਥੇ ਬੈਠੀ ਰਹਾ। ਉਹ ਕਹਿੰਦਾ ਮੈਂ ਨਾਲ ਦੇ ਪਿੰਡ ਆਉਣਾ ਵੀ ਤੈਨੂੰ ਬੇਬੇ ਲੈ ਜੂੰਗਾ ਆਉਂਦਾ।
ਮੈਂ ਕਿਹਾ ਚੱਲ ਲੈ ਜੀ ਪੁੱਤ। ਅੱਛਾ, ਦੇਖ ਲਾ ਭੂਆ, ਇੱਕ ਅੱਧਾ ਦਿਨ ਹੋਰ ਪੈਂਦੀ। ਇੱਕ ਅੱਧਾ ਦਿਨ ਰਹਿ ਕੇ ਮੈਂ ਕੀ ਕਰੂੰਗੀ, ਫੇਰ ਮੈਨੂੰ ਬੱਸਾਂ ਤੇ ਧੱਕੇ ਖਾਣੇ ਪੈਣਗੇ। ਹੁਣ ਮੋਟਰਸਾਈਕਲ ਤੇ ਆਉਂਦਾ ਉਹ, ਮਗਰ ਬਹਿ ਕੇ ਵਗ ਜੂੰਗੀ ਆਰਾਮ ਨਾਲ। ਅੱਛਾ ਚੱਲ ਦੇਖ ਲੈ ਫਿਰ। ਹੋਰ ਜਾਊਂਗੀ ਹੁਣ ਤਾਂ ਪੁੱਤ। ਠੀਕ ਆ ਭੂਆ। ਮੈਂ ਨਾਲ ਦੇ ਪਿੰਡ ਆਉਣਾ ਸੀ ਬਾਈ ਯਾਰ, ਮੈਨੂੰ ਕੰਮ ਸੀ। ਉਹ ਸਾਡੀ ਯੂਨੀਅਨ ਦਾ ਜਨਰਲ ਸਕੱਤਰ ਨਹੀਂ ਹੈਗਾ ਰਾਜਾ, ਉਹਦੇ ਕੋਲੇ ਆਉਣਾ ਸੀ, ਯੂਨੀਅਨ ਬਾਰੇ ਕੋਈ ਗੱਲ ਕਰਨੀ ਸੀ। ਹਾਂ, ਮੈਂ ਜਾਣਦਾ ਉਹਨੂੰ, ਰਾਜਾ ਹੈਗਾ ਉੱਥੇ, ਵਾਹਵਾ ਸਿਰ ਕੱਢਮ ਆਗੂ ਹੈ। ਹਾਂ ਬਾਈ, ਉਹਦੇ ਕੋਲੇ ਆਉਣਾ ਸੀ। ਮੈਂ ਕਿਹਾ ਚੱਲ ਬੇਬੇ ਨੂੰ ਵੀ ਲੈ ਜੂੰਗਾ, ਨਹੀਂ ਫਿਰ ਬੱਸਾਂ ਤੇ ਆਉਣਾ ਪਊਗਾ ਇਹਨੂੰ। ਅੱਛਾ, ਚੱਲ ਵਧੀਆ ਕਰਿਆ ਤਾਂ। ਹੋਰ ਬਾਈ, ਉਧਰੋਂ ਜਵਾਕ ਕਹੀ ਜਾਂਦੇ ਨੇ, ਕਹਿੰਦੇ ਅਸੀਂ ਨਾਨਕੀ ਜਾ ਕੇ ਆਉਣਾ, ਕਹਿੰਦੇ ਜਦੋਂ ਬੇਬੇ ਆ ਗਈ ਉਦੋਂ ਜਾਵਾਂਗੇ। ਅੱਛਾ, ਤਾਂ ਹੀ ਤੂੰ ਮੈਨੂੰ ਲੈਣ ਆਇਆ ਹੈ। ਉਹ ਨਹੀਂ ਬੇਬੇ, ਮੈਂ ਤਾਂ ਤੈਨੂੰ ਤਾਂ ਲੈਣ ਆ ਗਿਆ, ਮੈਂ ਤੈਨੂੰ ਕਹੀ ਤਾਂ ਜਾਂਦਾ ਮੈਂ ਨਾਲ ਦੇ ਪਿੰਡ ਕੰਮ ਆਉਣਾ ਸੀ। ਜੇ ਤੂੰ ਮੈਨੂੰ ਕਹਿ ਦਾਂ ਵੀ ਮੈਂ ਹਲੇ ਜਾਣਾ ਨਹੀਂ, ਫਿਰ ਮੈਂ ਥੋੜਾ ਲੈਣ ਆਉਣਾ ਸੀ। ਲੈ ਆਉਣਾ ਕਿਉਂ ਨਹੀਂ, ਪਤੰਦਰਾ ਨੇੜਿਓਂ ਆ ਕੇ ਮੁੜ ਜਾਂਦਾ, ਇਹ ਗੱਲ ਥੋੜਾ ਹੁੰਦੀ ਹੈ ਜੇ ਭੂਆ ਨੂੰ ਲੈਣ ਆਉਣਾ ਫੇਰ ਹੀ ਆਉਣਾ। ਉਹ ਨਹੀਂ ਬਾਈ ਯਾਰ, ਆਉਣਾ ਤਾਂ ਹੈਗੀ ਸੀ, ਫਿਰ ਮੈਂ ਤੁਹਾਨੂੰ ਮਿਲ ਕੇ ਮੁੜ ਜਾਂਦਾ। ਮੈਂ ਤਾਂ ਬੇਬੇ ਨੂੰ ਹੁਣ ਵੀ ਕਹਿਣਾ, ਜੇ ਰਹਿਣਾ ਤਾਂ ਰਹਿ ਪਏ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਲੈ, ਤੈਨੂੰ ਇਤਰਾਜ਼ ਕਾਹਦਾ ਹੋਣਾ ਸੀ, ਸੋਨੂੰ ਕਿਹੜਾ ਲੋੜ ਹੈ ਬੇਬੇ ਦੀ, ਜਿੱਥੇ ਮਰਜ਼ੀ ਰਹੇ ਬੇਬੇ। ਲੈ ਦੇਖ ਲੈ ਬਾਈ ਯਾਰ, ਹੁਣ ਦੂਜੇ ਪਾਸੇ ਚੱਲ ਪਈ। ਇਹ ਤਾਂ ਸਵਾਈ ਆ ਭੈਣ ਜੀ ਦਾ। ਚੱਲ ਕੋਈ ਗੱਲ ਨਹੀਂ ਪੁੱਤ, ਉਹ ਤਾਂ ਮਾਸੀ ਮੈਨੂੰ ਪਤਾ ਹੈਗਾ। ਚੱਲ ਭਾਬੀ ਬਣਾ ਘੁੱਟ ਚਾਹ, ਫਿਰ ਅਸੀਂ ਜਾਈਏ। ਹਾਂ ਬਾਈ, ਬਣਾ ਕੇ ਲਿਓਨੀ ਆ, ਮੈਨੂੰ ਲੱਗਦਾ ਲਾਡੀ ਨੂੰ ਚਾਹ ਪਿਆਉਣ ਦਾ ਇਰਾਦਾ ਨਹੀਂ ਇਹਦਾ। ਲੈ ਭੂਆ, ਇਰਾਦਾ ਕਿਉਂ ਨਹੀਂ? ਮੈਨੂੰ ਤਾਂ ਲੱਗਦਾ ਹੈ ਵੀ ਇੰਨੇ ਚਿਰ ਦੀ ਬੈਠੀ ਹੈ ਤੂੰ, ਗੱਲਾਂ ਮਾਰੀ ਜਾਂਦੀ ਹੈ, ਹਜੇ ਤੱਕ ਉੱਠੀ ਨਹੀਂ। ਦੇਖ ਲੈ ਲਾਡੀ, ਜਦੋਂ ਦੀਦੀ ਬੇਬੇ ਆ ਰਹੀ ਹੈ ਨਾ, ਉਦੋਂ ਦੀ ਮੇਰੀ ਹੈ ਨਾ ਪੁੱਛ ਦੱਸ ਘਟਾਤੀ। ਅੱਛਾ ਬੇਬੇ। ਹਾਂ ਲੈ ਦੱਸ, ਪੁੱਛ ਗਿੱਛ ਨਾ ਘਟਾਤੀ ਭੂਆ, ਤੂੰ ਤਾਂ ਉਹੀ ਮਾਰੀ ਜਾਂਦੀ ਆ। ਲੈ ਹੋਰ, ਇਹ ਕਿਵੇਂ ਹੋ ਸਕਦਾ ਭੂਆ? ਉਹੀ ਤਾਂ ਗੱਲ ਆ। ਚੱਲ ਮੈਂ ਚਾਹ ਬਣਾ ਕੇ ਲਿਆਉਣੀ ਆ। ਚੰਗਾ ਪੁੱਤ, ਸਿਹਤ ਦਾ ਧਿਆਨ ਰੱਖੀ। ਚੰਗਾ ਭੂਆ। ਚੰਗਾ ਚੰਗਾ, ਸਿਹਤ ਨੂੰ ਮੈਨੂੰ ਕੁਛ ਨਹੀਂ ਹੁੰਦਾ। ਕੋਈ ਗੱਲ ਨਹੀਂ। ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ। ਠੀਕ ਆ ਭੂਆ। ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ। ਚੰਗਾ ਬਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਚੰਗਾ ਭਾਈ। ਗੱਲ ਤਾਂ ਪੁੱਤ ਕੁਲਦੀਪ ਇਹਨੇ ਤੈਨੂੰ ਸਹੀ ਕਹੀ ਹੈ, ਬੰਦੇ ਦੇ ਮਨ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬਦਲ ਜੇ। ਉਹੀ ਤਾਂ ਗੱਲ ਹੈ ਬੇਬੇ, ਮੈਂ ਤੇ ਮਨਦੀਪ ਐਂ ਸੋਚਦੇ ਸੀ ਵੀ ਭੂਆ ਜਿਹੜੇ ਹਿਸਾਬ ਨਾਲ ਗੱਲਾਂ ਕਰਦੀ ਹੈ, ਕੱਲ ਨੂੰ ਕਿਤੇ ਕੋਈ ਪੰਗਾ ਨਾ ਖੜਾ ਕਰਦੇ। ਹੋ ਸਕਦਾ ਭਾਈ, ਹੁਣ ਤੁਹਾਡੇ ਮੂੰਹ ਤੇ ਵਾਰੀ ਵਾਰੀ ਤਾਂ ਕਹੀ ਜਾਂਦੀ ਹੈ ਵੀ ਮੈਂ ਆਪਦਾ ਹਿੱਸਾ ਮੰਗ ਲੈਣਾ, ਆਪਦਾ ਹਿੱਸਾ ਮੰਗ ਲੈਣਾ। ਉਹੀ ਤਾਂ ਗੱਲ ਹੈ ਬੇਬੇ, ਅਸੀਂ ਵੀ ਐਂ ਸੋਚਦੇ ਸੀ ਵੀ ਵਾਰੀ ਵਾਰੀ ਸਾਨੂੰ ਕਹੀ ਜਾਂਦੀ ਹੈ, ਦੱਸ ਵੀ ਜੇ ਤੁਸੀਂ ਮੇਰੀ ਪੁੱਛ ਗਿੱਛ ਘਟਾਤੀ, ਬੇਬੇ ਜਿਹੜੇ ਹਿਸਾਬ ਨਾਲ ਧਮਕੀਆਂ ਦਿੰਦੀ ਹੈ ਭੂਆ, ਕੱਲ ਨੂੰ ਰੌਲਾ ਵੀ ਪਾ ਸਕਦੀ ਹੈ। ਹਾਂ ਪੁੱਤ, ਪਾ ਸਕਦੀ ਹੈ, ਕੋਈ ਸ਼ੱਕ ਨਹੀਂ, ਮੈਨੂੰ ਤਾਂ ਆਪ ਲੱਗਦਾ ਵੀ ਪਾਊਗੀ ਰੌਲਾ। ਉਹੀ ਤਾਂ ਗੱਲ ਆ, ਆਹੀ ਗੱਲ ਤਾਂ ਬੇਬੇ ਮੈਂ ਸਮਝਾਉਂਦੀ ਸੀ ਇਹਨਾਂ ਨੂੰ ਵੀ ਰੌਲਾ ਪਾ ਸਕਦੀ ਹੈ ਭੂਆ ਪੱਕਾ, ਅਗਲੇ ਦੇ ਨੌ ਪੁੱਤ ਕਹਿੰਦੇ ਹੋਣਗੇ ਵੀ ਤੂੰ ਇਹਨਾਂ ਤੋਂ ਹਿੱਸਾ ਮੰਗ ਲਾ ਆਪਦਾ। ਉਹੀ ਤਾਂ ਗੱਲ ਹੈ ਪੁੱਤ, ਕਰੋੜਾਂ ਦੀ ਜਾਇਦਾਦ ਕੌਣ ਛੱਡਦਾ ਹੈ। ਹਾਂ ਬੇਬੇ, ਸਾਨੂੰ ਕੋਈ ਨਾ ਕੋਈ ਪ੍ਰਬੰਧ ਤਾਂ ਪਹਿਲਾਂ ਕਰਨਾ ਹੀ ਪੈਣਾ। ਹਾਂ ਪੁੱਤ, ਆਹੀ ਗੱਲ ਤਾਂ ਮੈਂ ਕਹਿੰਦੀ ਹਾਂ, ਤੁਹਾਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ। ਤੁਹਾਡੇ ਦਾਦੇ ਦੇ ਨਾਂ ਤੇ ਸੀ ਨਾ ਜ਼ਮੀਨ, ਚੁੱਪ ਕਰਕੇ ਪੈਸਾ ਧੇਲਾ ਦੇ ਕੇ ਆਪਦੇ ਨਾਂ ਤੇ ਚੜਵਾ ਲਓ। ਆਹੀ ਤਾਂ ਬੇਬੇ ਮੈਂ ਸੋਚੀ ਜਾਂਦਾ, ਫਿਰ ਉਹ ਭੂਆ ਨੂੰ ਵੀ ਤਾਂ ਸੱਦਣਗੇ, ਉਹਦੀ ਵੀ ਤਾਂ ਸਹਿਮਤੀ ਜ਼ਰੂਰੀ ਹੈ। ਸਹਿਮਤੀ ਤਾਂ ਜ਼ਰੂਰੀ ਹੈ ਹੀ ਹੋਈ ਆ ਪੁੱਤ, ਅੱਜ ਕੱਲ੍ਹ ਪੈਸੇ ਨਾਲ ਕੀ ਨਹੀਂ ਹੁੰਦਾ, ਤੂੰ ਪੈਸੇ ਦੀ ਗੱਲ ਕਰ ਲੈ ਕਿਸੇ ਨਾਲ, ਸਭ ਹੱਲ ਹੋ ਜਾਂਦਾ ਹੁੰਦਾ। ਠੀਕ ਹੈ ਬੇਬੇ, ਕੋਈ ਗੱਲ ਨਹੀਂ, ਫਿਰ ਮੈਂ ਕਰਦਾ ਕੋਈ ਨਾ ਕੋਈ ਹੱਲ। ਹੋਰ ਪੁੱਤ, ਹੱਲ ਕਰ ਤੂੰ ਆਪਦਾ। ਕੋਈ ਨਹੀਂ। ਚੰਗਾ ਪੁੱਤ ਮਨਦੀਪ। ਚੰਗਾ ਬੇਬੇ, ਗਰਮੀ ਹੋ ਗਈ। ਹੋਰ ਮਾਰ ਲਿਓ ਕਿਹੜਾ ਤੁਸੀਂ? ਕੋਈ ਨਾ ਬੇਬੇ, ਜ਼ਰੂਰ ਮਾਰਾਂਗੇ ਕਿਹੜਾ। ਹੋਰ
ਚੱਲ ਪੁੱਤ। ਅਮਨਵਿੰਦਰ ਬਾਈ ਨਹੀਂ ਆਇਆ ਬਾਈ? ਉਹਨੇ ਆਉਣਾ ਤਾਂ ਹੈਗਾ ਸੀ ਬਾਈ, ਉਹਨੂੰ ਜ਼ਰੂਰੀ ਕੰਮ ਪੈ ਗਿਆ, ਉਹਨਾਂ ਨੂੰ ਕੈਂਸਲ ਕਰਨਾ ਪਿਆ, ਫਿਰ ਉੱਧਰ ਜਾਣਾ ਪੈ ਗਿਆ। ਉਹ ਮੈਨੂੰ ਕਹਿੰਦੇ ਵੀ ਤੂੰ ਹੀ ਜਾ ਇੱਧਰ। ਉਹਨੂੰ ਤਾਂ ਮੈਂ ਸਪੈਸ਼ਲ ਸੱਦਿਆ ਸੀਗਾ, ਕੰਮ ਦੀ ਕੋਈ ਗੱਲ ਕਰਨੀ ਸੀ ਉਹਦੇ ਨਾਲ। ਅਹੀ ਜੀ ਕਿਹੜੀ ਗੱਲ ਸੀ ਬਾਈ? ਭੈਣੇ ਜ਼ਮੀਨ ਬਾਰੇ ਗੱਲ ਕਰਨੀ ਸੀ, ਪਟਵਾਰੀ ਲੱਗੇ ਹੋਏ ਨਾ ਬਾਈ, ਮਹਾਂ ਚੱਲ ਉਹਨੂੰ ਨੌਲੇਜ ਹੋਊਗੀ ਇਸ ਕੰਮ ਦੀ, ਤਾਂ ਗੱਲ ਕਰਨੀ ਸੀ। ਅੱਛਾ ਅੱਛਾ ਬਾਈ, ਜਾਂ ਤਾਂ ਪਹਿਲਾਂ ਫੋਨ ਕਰਕੇ ਦੱਸ ਦੇਣਾ ਸੀ ਉਹਨੂੰ, ਉਹਨੂੰ ਜ਼ਰੂਰੀ ਕੰਮ ਪੈ ਗਿਆ। ਅਹੀ ਜੀ ਕਿਹੜੀ ਗੱਲ ਹੈ, ਮੈਨੂੰ ਦੱਸ ਦਿਓ ਕਿਹੜੀ ਜ਼ਮੀਨ ਦੀ ਗੱਲ ਕਰਨੀ ਆ? ਮੈਂ ਤਾਂ ਬਾਈ ਆਪਣੀ ਜ਼ਮੀਨ ਦੀ ਗੱਲ ਕਰਦਾ। ਭੂਆ ਆਏ ਸੀ ਆਪਣੇ ਕੋਲੇ ਇੱਥੇ, ਕਈ ਦਿਨ ਲਾ ਕੇ ਗਈ ਆ, ਤੈਨੂੰ ਪਤਾ ਹੀ ਆ, ਭੂਆ ਦੀਆਂ ਗੱਲਾਂ ਤੋਂ ਐਂ ਲੱਗਦਾ ਵੀ ਉਹ ਹਿੱਸਾ ਮੰਗੂਗੀ ਆਪਣੀ ਜ਼ਮੀਨ ਚੋਂ। ਅੱਛਾ ਅੱਛਾ ਬਾਈ, ਕਮਾਲ ਹੋਊਗੀ। ਆਹੋ ਜੀ ਕਿਹੜੀ ਗੱਲ ਕਰਤੀ ਭੂਆ ਨੇ? ਇੱਕ ਵਾਰ ਨਹੀਂ ਗੱਲ ਕੀਤੀ ਭੈਣੇ, ਭੂਆ ਨੇ ਬਾਰੀ ਬਾਰੀ ਗੱਲ ਕੀਤੀ ਆ। ਕਹਿੰਦੀ ਜੇ ਤੁਸੀਂ ਮੇਰੀ ਪੁੱਛ ਗਿੱਛ ਘਟਾਤੀ ਨਾ, ਮੈਂ ਜ਼ਮੀਨ ਚੋਂ ਹਿੱਸਾ ਮੰਗ ਲੈਣਾ ਆਪਣਾ, ਫਿਰ ਤੁਰੇ ਫਿਰਿਓ। ਅੱਛਾ ਕਮਾਲ ਹੋਊਗੀ। ਹਾਂ ਹਾਂ ਭੈਣੇ, ਉਹਨੇ ਸਾਨੂੰ ਵਾਰ ਵਾਰ ਇਹੀ ਗੱਲ ਕਹੀ ਹੈ, ਇੱਥੋਂ ਪਤਾ ਲੱਗਦਾ ਵੀ ਭੂਆ ਰੌਲਾ ਪਾਊਗੀ। ਉਹ ਤਾਂ ਤੇਰੀ ਗੱਲ ਠੀਕ ਆ ਬਾਈ, ਭੂਆ ਨੇ ਤਾਂ ਬਾਪੂ ਨੂੰ ਕਹਿਤਾ ਸੀ ਮੈਂ ਹਿੱਸਾ ਲੈਣੀ ਨਹੀਂ। ਅਮਨ ਗੱਲ ਪਤਾ ਕੀ ਆ ਭੈਣੇ, ਲਾਡੀ ਵਰਗੇ ਨੇ ਕਹਿਤਾ ਹੋਣਾ ਵੀ ਤੂੰ ਆਪਦਾ ਹਿੱਸਾ ਮੰਗ, ਹੁਣ ਕਿਹੜਾ ਮਾਮਾ ਜਿਉਂਦਾ। ਹਾਂ ਭੈਣੇ, ਜਿੰਨਾ ਚਿਰ ਬਾਪੂ ਜਿਉਂਦਾ ਸੀ ਉਹਨਾਂ ਚਿਰ ਤਾਂ ਅਗਲੇ ਨੇ ਝੇਪ ਮੰਨੀ ਰੱਖੀ, ਹੁਣ ਅਗਲੇ ਦੇ ਨੌ ਪੁੱਤ ਜ਼ੋਰ ਪਾਉਂਦੇ ਹੋਣੇ ਵੀ ਤੂੰ ਇਹਨਾਂ ਤੋਂ ਆਪਣਾ ਹਿੱਸਾ ਮੰਗ ਲਾ। ਬਾਕੀ ਤੈਨੂੰ ਪਤਾ ਹੀ ਹੈ ਅੱਜ ਕੱਲ੍ਹ ਪੈਸਾ ਮੁੱਖ ਆ, ਰਿਸ਼ਤੇਦਾਰੀ ਨੂੰ ਕਿਹੜਾ ਪੁੱਛਦਾ। ਹਾਂ ਭਾਬੀ, ਇਹ ਤਾਂ ਤੇਰੀ ਸਹੀ ਗੱਲ ਆ, ਹੋ ਸਕਦਾ ਲਾਡੀ ਹੋਰੇ ਜ਼ੋਰ ਪਾਉਂਦੇ ਹੋਣ ਭੂਆ ਤੇ। ਅੱਛਾ, ਬਾਰ ਬਾਰ ਇਹੀ ਗੱਲ ਕਹਿੰਦੀ ਸੀ ਸਾਨੂੰ? ਤੇ ਹੋਰ, ਬਾਰੀ ਬਾਰੀ ਆਹੀ ਗੱਲ ਕਹਿੰਦੀ ਸੀ, ਤਾਂ ਹੀ ਤਾਂ ਅਸੀਂ ਸੋਚਣ ਲੱਗ ਗਏ ਇੱਕ ਅੱਧੇ ਦਿਨ ਚ ਰੌਲਾ ਪਾਊਗੀ ਭੂਆ। ਹਾਂ ਹਾਂ ਬਾਈ, ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਜਦੋਂ ਕਹੀ ਜਾਂਦੀ ਆ, ਹੁਣ ਦੱਸ ਕਿਵੇਂ ਕਰਨਾ ਬਾਈ। ਉਹ ਬਾਈ ਨੂੰ ਤਾਂ ਹੀ ਤਾਂ ਮੈਂ ਸੱਦਿਆ ਸੀ ਭੈਣੇ, ਮੈਂ ਕਿਹਾ ਬਾਈ ਦੀ ਇੱਥੇ ਵਾਲੇ ਪਟਵਾਰੀਆਂ ਨਾਲ ਜਾਣ ਪਛਾਣ ਹੋਊਗੀ, ਮੈਂ ਕਿਵੇਂ ਦਾ ਬਹੁਤ ਫਰਕ ਪੈ ਜਾਂਦਾ। ਆਪਾਂ ਕਿਸੇ ਤਰ੍ਹਾਂ ਮੇਰੇ ਨਾਲ ਜ਼ਮੀਨ ਕਰਵਾਉਣੀ ਹੈ, ਮਤਲਬ ਉਹ ਭੂਆ ਨੂੰ ਨਾ ਸੱਦਣਾ, ਜਦੋਂ ਜ਼ਮੀਨ ਨਾ ਕਰਵਾਉਣੀ ਹੁੰਦੀ ਨਹੀਂ ਭੂਆ ਨੂੰ ਸੱਦਦੇ ਨੇ ਨਾ, ਉਹ ਕੁੜੀਆਂ ਨੂੰ ਵੀ ਸੱਦਦੇ ਨੇ ਜਦੋਂ ਸਾਈਨ ਕਰਾਉਣੇ ਹੁੰਦੇ ਨੇ, ਆਹੀ ਸਲਾਹ ਲੈਣੀ ਤੀ ਬਾਈ ਤੋਂ। ਹਾਂ ਹਾਂ ਬਾਈ, ਮੈਂ ਸਮਝ ਗਈ, ਇਹ ਤਾਂ ਤੇਰਾ ਬਾਈ ਉਹ ਦੱਸ ਸਕਦਾ, ਉਹਦੀ ਜਾਣ ਪਛਾਣ ਪੱਕਾ ਹੀ ਹੋਊਗੀ ਤੁਹਾਡੇ ਪਟਵਾਰਖਾਨੇ 'ਚ। ਜਾਂ ਤਾਂ ਬਾਈ ਤੂੰ ਐਂ ਕਰੀ, ਕੱਲ੍ਹ ਨੂੰ ਉੱਥੇ ਆ ਜਾਈ, ਉੱਥੇ ਜਾ ਕੇ ਗੱਲ ਕਰਾਈ, ਨਹੀਂ ਉਹ ਕਹਿੰਦੇ ਸੀ ਵੀ ਦੁਪਹਿਰ ਤੱਕ ਮੈਂ ਵਿਹਲਾ ਹੋ ਜੂ, ਫਿਰ ਮੈਂ ਬੱਸ ਤੇ ਨਾ ਜਾਊਂ, ਤੂੰ ਮੈਨੂੰ ਮੋਟਰਸਾਈਕਲ ਤੇ ਛੱਡਾਈ, ਨਾਲੇ ਤੂੰ ਉੱਥੇ ਜਾ ਕੇ ਗੱਲ ਕਰੇ। ਆ ਤਾਂ ਮੈਂ ਆਪ ਹੀ ਜਾਣਾ ਸੀ ਭੈਣੇ, ਉਹ ਪਿਛਲੀ ਵਾਰ ਬਾਈ ਕਹਿੰਦਾ ਸੀ ਨਾ ਵੀ ਅਸੀਂ ਆਵਾਂਗੇ ਤੁਹਾਡੇ ਕੋਲੇ, ਮੈਂ ਤਾਂ ਕਹਿਤਾ ਵੀ ਆ ਜਿਓ। ਮੇਰਾ ਤਾਂ ਇਰਾਦਾ ਸੀ ਬਾਈ ਜੇ ਬਾਈ ਇੱਕ ਵਾਰੀ ਆ ਜਾਂਦਾ ਨਾ, ਮੈਂ ਰਾਤ ਹੀ ਰੱਖ ਲੈਣਾ ਸੀ ਉਹਨੂੰ। ਜੇ ਤਾਂ ਬਾਈ ਤੈਂ ਤੇਰੇ ਬਾਈ ਨੂੰ ਪਹਿਲਾਂ ਦੱਸਿਆ ਹੁੰਦਾ, ਫਿਰ ਤਾਂ ਮੇਰੇ ਨਾਲ ਹੀ ਆ ਜਾਂਦਾ, ਕੰਮ ਕੈਂਸਲ ਕਰ ਦਿੰਦਾ। ਹੁਣ ਵੀ ਬਾਈ ਮੈਂ ਤੇਰੇ ਬਾਈ ਨੂੰ ਫੋਨ ਕਰਕੇ ਪੁੱਛ ਲੈਂਦੀ ਹਾਂ, ਜੇ ਟਾਈਮ ਨਾਲ ਵਿਹਲਾ ਹੋ ਗਿਆ ਤਾਂ ਆ ਜੂਗਾ, ਅਸੀਂ ਰਾਤ ਹੀ ਰਹਿ ਜਾਵਾਂਗੇ, ਸਵੇਰੇ ਚਲੇ ਜਾਵਾਂਗੇ, ਨਾਲੇ ਸਾਰੀ ਗੱਲਬਾਤ ਹੋ ਜੂਗੀ। ਹਾਂ ਹਾਂ ਬਾਈ ਪੁੱਛ ਲੈ, ਫਿਰ ਤਾਂ ਬਹੁਤ ਵਧੀਆ ਹੋ ਜੂਗਾ, ਨਾਲੇ ਗੱਲਬਾਤ ਹੋ ਜੂ ਮੇਰੀ। ਹਾਂ ਹਾਂ ਠੀਕ ਆ ਬਾਈ। ਹਾਂ ਮੈਂ ਬਾਈ ਗੱਲ ਕਰੀ ਸੀ ਤੇਰੇ ਬਾਈ ਨਾਲ, ਉਹਨਾਂ ਨੂੰ ਬਹੁਤ ਜ਼ਰੂਰੀ ਕੰਮ ਹੋ ਗਿਆ, ਅੱਜ ਤਾਂ ਉਹਨਾਂ ਨੂੰ ਆਥਣ ਹੋ ਜੂ, ਫਿਰ ਤੁਹਾਨੂੰ ਔਖਾ ਹੋ ਜੂ, ਅੱਜ ਜਾਣ ਦਾ ਤਾਂ ਕੋਈ ਫਾਇਦਾ ਨਹੀਂ, ਤੂੰ ਕੱਲ੍ਹ ਨੂੰ ਹੀ ਆ ਜਾਈ ਮੇਰੇ ਕੋਲੇ। ਚੱਲ ਠੀਕ ਆ ਬਾਈ, ਕੱਲ੍ਹ ਨੂੰ ਆ ਜਾਊਂਗਾ, ਕੋਈ ਗੱਲ ਨਹੀਂ। ਠੀਕ ਆ ਬਾਈ, ਠੀਕ। ਮਨਦੀਪ ਹੋ ਗਈ ਮੇਰੀ ਬਾਈ ਨਾਲ ਗੱਲ, ਉਹ ਕਹਿੰਦਾ ਆਪਾਂ ਦੇਖ ਲੈਣੇ ਕੋਈ ਨਾ ਕੋਈ ਪਟਵਾਰੀ ਇੱਥੇ ਲਿਆ ਜੀ, ਕਹਿੰਦਾ ਕਰ ਲਾਂਗੇ ਪੈਸੇ ਦੀ ਗੱਲ। ਬਸ ਠੀਕ ਆ, ਤੂੰ ਕੀ ਕਹਿੰਦਾ ਸੀ ਬਾਈ, ਹੋ ਜਾਊਗਾ ਹੱਲ ਭੂਆ ਤੋਂ ਬਗੈਰ? ਹਾਂ ਹਾਂ ਉਹ ਕਹਿੰਦਾ ਮੈਂ ਸਾਰੀ ਗੱਲ ਕਰਕੇ ਦੱਸਦਾ ਤੈਨੂੰ, ਫੋਨ ਕਰੂਗਾ ਆਥਣੇ ਮੈਨੂੰ। ਚਲੋ ਠੀਕ ਆ, ਚਾਹ ਪੀਓਗੇ? ਹਾਂ ਬਨਾਲਾ ਘੁੱਟ ਪੀ ਲਾਂਗੇ। ਹਾਂ ਮੈਂ ਧਰੀ ਹੋਈ ਆ ਚਾਹ, ਤਾਂ ਲਿਆਉਣੀ ਆ। ਮਨਦੀਪ ਬਾਈ ਦਾ ਫੋਨ ਆਇਆ ਸੀ, ਉਹ ਕਹਿੰਦਾ ਭੂਆ ਦੇ ਸਾਈਨ ਤਾਂ ਕਰਵਾਉਣੇ ਪੈਣਗੇ, ਪਰ ਉਹ ਕਹਿੰਦਾ ਇੱਕ ਤਰੀਕਾ ਹੈਗਾ, ਪਟਵਾਰੀ ਤੁਹਾਨੂੰ ਕੋਰਾ ਕਾਗਜ਼ ਦੇਊਗਾ, ਉਹ ਤੇ ਸਾਈਨ ਕਰਵਾ ਲਿਓ ਭੂਆ ਦੇ ਕਿਸੇ ਤਰੀਕੇ ਨਾਲ, ਫਿਰ ਜਿੱਦਾਂ ਜ਼ਮੀਨਾਂ ਕਰਾਉਣੀ ਹੋਈ ਕਚਹਿਰੀਆਂ 'ਚ ਉਦਾਂ ਵੀ ਸੱਦਣ ਦੀ ਲੋੜ ਪਊਗੀ ਭੂਆ ਨੂੰ। ਐਂ ਕਿਵੇਂ ਕਾਗਜ਼ ਤੇ ਭੂਆ ਸਾਈਨ ਕਰੂਗੀ, ਤੁਹਾਨੂੰ ਕੀ ਲੱਗਦਾ ਕਰ ਦੂ ਸਾਈਨ? ਉਹ ਤਾਂ ਕਿਸੇ ਤਰੀਕੇ ਨਾਲ ਕਰਵਾਉਣੀ ਪੈਣਗੇ ਮਨਦੀਪ, ਮੈਂ ਤਾਂ ਐਂ ਕਹਿਣਾ ਭੂਆ ਨੂੰ ਆਪਾਂ ਸੱਦ ਲੈਣੇ ਉਰੇ ਕਿਸੇ ਬਹਾਨੇ ਨਾਲ।
10 ਦਿਨ ਤਾਂ ਪਹਿਲਾਂ ਹੋਇਆ ਭੂਆ ਨੂੰ ਗਈ ਨੂੰ, ਹੁਣ ਕਿਵੇਂ ਆਊਗੀ ਉਹ? ਮੈਂ ਤਾਂ ਐਂ ਕਹਿੰਦਾ ਸੀ ਜੇ ਆਪਾਂ ਭੂਆ ਨੂੰ ਐਂ ਕਹਿ ਦਈਏ ਵੀ ਮਨਦੀਪ ਨੂੰ ਟਾਈਫਾਇਡ ਹੋ ਗਿਆ, ਵੀ ਤੂੰ ਥੋੜੇ ਦਿਨ ਕਢਾ ਜਾ ਸਾਡੇ, ਫੇਰ ਤਾਂ ਆ ਜਾਊਗੀ। ਹਾਂ ਇਹ ਹੋ ਸਕਦਾ, ਫਿਰ ਕਰ ਲਓ ਭੂਆ ਨੂੰ ਫੋਨ। ਨਹੀਂ ਨਹੀਂ ਫੋਨ ਨਹੀਂ ਕਰਦਾ ਯਾਰ, ਫੋਨ ਤੇ ਤਾਂ ਹੀ ਨਹੀਂ ਪਤਾ, ਲਾਡੀ ਹੋਰੀ ਮਗਰ ਆ ਦਾਂ ਭੂਆ ਨੂੰ, ਮੈਂ ਉੱਥੇ ਜਾਣਾ ਭੂਆ ਨੂੰ ਕਹਿ ਦੂੰਗਾ ਭੂਆ ਤੈਨੂੰ ਮੈਂ ਲੈਣ ਆਇਆ। ਬਸ ਠੀਕ ਆ, ਜਾਓ ਤਿਆਰ ਹੋ ਜਾਓ ਤੁਸੀਂ ਫਿਰ। ਹਾਂ ਹੋਰ, ਮੈਂ ਤਾਂ ਭੂਆ ਤੇਰੇ ਕੋਲ ਐਂ ਆਇਆ ਸੀ, ਮਨਦੀਪ ਹੋ ਗਈ ਢਿੱਲੀ, ਉਹਨੂੰ ਡਾਕਟਰ ਨੇ ਟਾਈਫਾਇਡ ਦੱਸਿਆ, ਜੇ ਤੂੰ ਕਢਾ ਦੇ ਸਾਡੇ 4 ਦਿਨ ਮੇਰੇ ਨਾਲ ਵਗ ਚੱਲੇ। ਨਾ ਉਹਨੂੰ ਕਿਧਰੋਂ ਟਾਈਫਾਇਡ ਹੋ ਗਿਆ ਚੰਗੀ ਭਲੀ ਨੂੰ? ਬਿਮਾਰੀ ਠਮਾਰੀ ਦਾ ਕੀ ਪਤਾ ਲੱਗਦਾ ਭੂਆ, ਕਿਹੜੇ ਵੇਲੇ ਕੀ ਹੋ ਜੇ। ਉਹ ਤਾਂ ਤੇਰੀ ਗੱਲ ਠੀਕ ਆ, ਚੱਲ ਵਗ ਚੱਲਦੀ ਆ ਤੇਰੇ ਨਾਲ। ਮੈਂ ਤਾਂ ਕਹਿੰਦੀ ਲਾਡੀ ਤੂੰ ਵੀ ਵਗ ਚੱਲਦਾ, ਤੂੰ ਕਹਿੰਦਾ ਸੀ 2-3 ਦਿਨ ਮੈਨੂੰ ਉੱਥੇ ਕੰਮ ਹੈ। ਮੈਂ ਵੀ ਬੇਬੇ ਐਂ ਸੋਚੀ ਜਾਂਦਾ ਸੀ। ਤੈਨੂੰ ਕੀ ਕੰਮ ਹੈ ਬਾਈ ਉੱਥੇ? ਉਹ ਬਾਈ ਤੁਹਾਡੇ ਪਿੰਡਾਂ ਕੋਲੇ ਪਿੰਡ ਨਹੀਂ ਲੱਲੂ ਆਣਾ, ਉੱਥੇ ਟਰੱਕ ਨਾਲ ਇੱਕ ਬੁੜੀ ਮਰੀ ਸੀ, ਉਹ ਸਾਡੇ ਇੱਕ ਕਿਸਾਨ ਭਰਾ ਦੀ ਘਰ ਵਾਲੀ ਸੀ। ਟਰੱਕ ਵਾਲੇ ਦੀ ਅਣਗਹਿਲੀ ਸੀ, ਟਰੱਕ ਵਾਲੇ ਨੇ ਰੋਕੀ ਨਹੀਂ, ਦੇਖੀ ਨਹੀਂ ਸਾਲੇ ਨੇ, ਫੁੱਲ ਸਪੀਡ ਤੇ ਆਉਂਦਾ ਸੀ। ਪੁਲਿਸ ਨੇ ਐਕਸੀਡੈਂਟ ਦਾ ਪਰਚਾ ਕੱਟਿਆ, ਅਸੀਂ ਉਹਦੀਆਂ ਧਰਾਵਾਂ 'ਚ ਵਾਧਾ ਕਰਾਉਣਾ, ਤਾਂ ਕਰਕੇ ਉੱਥੇ 2-3 ਦਿਨ ਸ਼ਾਂਤੀਪੂਰਵਕ ਧਰਨਾ ਦੇਣਾ, ਫਿਰ ਮੈਨੂੰ ਇੱਥੇ ਆਉਣਾ ਜਾਣਾ ਔਖਾ ਹੋ ਜਾ ਕਰੂ, ਤਾਂ ਕਰਕੇ ਮੈਂ ਤੁਹਾਡੇ ਨਾਲ ਹੀ ਚੱਲ ਵੜ ਦੂੰ। ਆਹੋ ਚੱਲ ਕੋਈ ਗੱਲ ਨਹੀਂ, ਤੂੰ ਵੀ ਨਾਲ ਹੀ ਵਗ ਚੱਲ ਸਾਡੇ, ਆਪਾਂ ਤੇਰੀ ਚਾਚੀ ਨੂੰ ਕਹਿ ਦੇਣਾ ਜਵਾਕਾਂ ਕੋਲੇ ਪੈ ਜਾ ਕਰੂਗੀ। ਆਹੋ ਠੀਕ ਆ ਬੇਬੇ। ਹੋਰ ਫਿਰ ਮੈਂ ਕੀ ਕਰਦਾ ਮਨਦੀਪ, ਇਹ ਕਹਿੰਦੇ ਇਹ ਵੀ ਨਾਲ ਜਾਊਗਾ, ਇਹਨਾਂ ਨੇ ਧਰਨੇ ਵਾਲਾ ਪੰਗਾ ਵਿੱਚ। ਹੁਣ ਫਿਰ ਭੂਆ ਤੋਂ ਸਾਈਨ ਕਿਵੇਂ ਕਰਵਾਵਾਂਗੇ? ਇਹ ਤਾਂ ਕੰਮ ਔਖਾ ਹੀ ਹੋ ਗਿਆ। ਚੱਲ ਦੇਖਦੇ ਹਾਂ ਫਿਰ, ਕੋਈ ਗੱਲ ਨਹੀਂ, ਕੋਈ ਕਰਾਂਗੇ ਢਾਹ ਭੰਨ, ਹੈ ਦੇਖਦੇ ਹਾਂ ਕੋਈ ਮੌਕਾ। ਹੁਣ ਫਿਰ ਇਹ ਨਹੀਂ ਵੀ ਜਵਾਬ ਦੇ ਸਕਦਾ ਵੀ ਮੈਂ ਵੀ ਭਾਈ ਤੂੰ ਨਾ ਆ ਮੇਰੇ ਨਾਲ। ਉਹੀ ਤਾਂ ਗੱਲ ਆ, ਮੈਨੂੰ ਤਾਂ ਐਂ ਲੱਗਦਾ ਜਿਵੇਂ ਲਾਡੀ ਸਕੀਮ ਨਾਲ ਨਾਲ ਆ ਗਿਆ ਹੋਵੇ, ਇਹਨਾਂ ਨੂੰ ਕਿਤੇ ਕੋਈ ਸ਼ੱਕ ਤਾਂ ਨਹੀਂ ਹੋ ਗਿਆ? ਨਾ ਨਾ ਅਮਦੀਪ, ਸੱਚੀ ਇਹਨਾਂ ਨੇ ਧਰਨਾ ਦੇਣਾ ਕਿਸਾਨਾਂ ਨੇ ਉੱਥੇ 2-3 ਦਿਨ, ਬਾਕੀ ਰੱਬ ਜਾਣਦਾ ਭਾਈ। ਚੱਲ ਕੋਈ ਗੱਲ ਨਹੀਂ ਦੇਖਦੇ ਆ। ਨਾ ਤੂੰ ਮੈਨੂੰ ਨਹੀਂ ਸੱਦ ਸਕਦੀ ਸੀ, ਆਪ ਭਾਂਡੇ ਧੋਈ ਜਾਂਦੀ ਹੈ, ਹੈ ਜਾ ਜਾ ਕੇ ਆਰਾਮ ਕਰ ਲੈ, ਫੇਰ ਕਹੇਂਗੀ ਮੈਨੂੰ ਟਾਈਫਾਇਡ ਵਿਗੜ ਗਿਆ। ਨਾ ਮੈਂ ਕਾਹਦੇ ਖਾਤਰ ਆਈ ਆ ਭਲਾ? ਅੱਛਾ ਅੱਛਾ ਕੋਈ ਨਾ ਭੂਆ, ਮੈਂ ਕਿਹਾ ਤੈਨੂੰ ਕਾਹਨੂੰ ਤੰਗ ਕਰਨਾ। ਜੇ ਨਾ ਤੰਗ ਕਰਨ ਦਾ ਸੋਚਿਆ ਹੁੰਦਾ ਫਿਰ ਮੈਨੂੰ ਕਾਹਨੂੰ ਲੈ ਕੇ ਆਉਂਦੇ, ਜਾ ਵਗ ਜਾ ਆਰਾਮ ਕਰ ਲੈ ਜਾ ਕੇ। ਠੀਕ ਆ ਭੂਆ। ਮਨਦੀਪ ਬਾੜੇ 'ਚ ਵਾਹਵਾ ਗੋਹਾ ਇਕੱਠਾ ਹੋਇਆ ਪਿਆ ਯਾਰ, ਪੱਥਿਆਂ ਦੀ ਨਾ ਪਥਾਵਾਂ ਤੈਨੂੰ ਮੈਂ ਗੋਹਾ, ਜਦੋਂ ਤੈਨੂੰ ਚੰਗਾ ਭਲਾ ਪਤਾ ਹੈ ਵੀ ਇਹ ਬਿਮਾਰ ਹੋਈ ਪਈ ਹੈ, ਨਾ ਮੈਨੂੰ ਕਾਸ ਤੋਂ ਲਿਆਇਆ ਤੀ ਫਿਰ ਉਰੇ ਜਦੋਂ ਏਸੇ ਨੇ ਕੰਮ ਕਰਨਾ ਸੀ? ਗਲਤੀ ਹੋ ਗਈ ਭੂਆ, ਦਿਮਾਗ 'ਚ ਨਿਕਲ ਗਿਆ ਤੀ। ਨਿਕਲ ਗਿਆ ਸੀ ਤੇਰੇ ਦਿਮਾਗ 'ਚੋਂ, ਮੈਂ ਆਪੀ ਪੱਥੇਉਂਗੀ। ਠੀਕ ਆ ਭੂਆ। ਤੂੰ ਪੈ ਜਾ ਕਰਨੀ, ਐ ਨਹੀਂ ਤੇਰਾ ਟਾਈਫਾਇਡ ਠੀਕ ਹੋਣਾ, ਸਾਰਾ ਦਿਨ ਬੈਠੀ ਰਹਿਣੀ ਹੈ। ਕੋਈ ਗੱਲ ਨਹੀਂ ਭੂਆ। ਹਾਂ ਸੱਚ ਭੂਆ, ਇੱਕ ਦਿਨ ਵੋਟਾਂ ਬਣਾਉਣ ਵਾਲੇ ਆਏ ਸੀ ਆਪਣੇ ਘਰੇ, ਉਹ ਤੇਰਾ ਨਾਂ ਲੈਂਦੇ ਸੀ, ਕਹਿੰਦੇ ਗੁਰਮੇਲ ਕੌਰ ਕੌਣ ਹੈ? ਮੈਂ ਕਿਹਾ ਉਹ ਤਾਂ ਮੇਰੀ ਭੂਆ ਹੈ। ਭੂਆ ਤੇਰੀ ਵੋਟ ਦੇਖ ਲੈ, ਇੱਥੇ ਵੀ ਤੁਰੀ ਫਿਰਦੀ ਹੈ। ਅੱਛਾ ਮੇਰੀ ਵੋਟ ਇੱਥੇ ਕਿਵੇਂ ਤੁਰੀ ਫਿਰਦੀ ਹੈ? ਮੈਂ ਤਾਂ ਕਿੰਨਾ ਚਿਰ ਹੋ ਗਿਆ ਉਹਨੂੰ ਕਟਵਾ ਕੇ ਲੈ ਗਈ ਸੀ। ਉਹ ਤੂੰ ਤਾਂ ਕਟਵਾ ਲਈ ਸੀ ਭੂਆ, ਉਹਨਾਂ ਸਾਲਿਆਂ ਨੇ ਫੇਰ ਪਤਾ ਨਹੀਂ ਕਿਵੇਂ ਚਾਲੂ ਕਰਤੀ, ਉਹ ਤੇਰਾ ਨਾਂ ਲੈ ਕੇ ਗਏ ਆ, ਕਹਿੰਦੇ ਗੁਰਮੇਲ ਕੌਰ ਦੀ ਵੋਟ ਹੈਗੀ ਹੈ ਇੱਥੇ। ਮੈਂ ਕਿਹਾ ਉਹ ਤਾਂ ਮੇਰੀ ਭੂਆ ਹੈ, ਉਹ ਤਾਂ ਜਖੇਪਰ ਰਹਿੰਦੀ ਹੈ, ਉਹਦੀ ਵੋਟ ਤਾਂ ਉੱਥੇ ਬਣੀ ਹੋਈ ਹੈ। ਤੇ ਹੋਰ, ਮੈਂ ਤਾਂ ਵਿਆਹ ਤੋਂ ਥੋੜਾ ਜਿਹਾ ਚਿਰ ਬਾਅਦ ਕਟਵਾ ਕੇ ਲੈ ਗਈ ਸੀ। ਨਹੀਂ ਭੂਆ, ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ, ਤੇਰੀ ਵੋਟ ਇੱਥੇ ਵੀ ਤੁਰੀ ਫਿਰਦੀ ਹੈ ਤੇ ਉੱਥੇ ਵੀ ਬਣ ਗਈ। ਕਮਾਲ ਹੋ ਗਈ, ਇਹ ਕਿਵੇਂ ਹੋ ਸਕਦਾ? ਤੂੰ ਉਹਨੂੰ ਕਹਿਣਾ ਸੀ ਵੀ ਇੱਥੋਂ ਕੱਟ ਦਿਓ ਉਹਦੀ ਵੋਟ, ਉੱਥੇ ਬਣੀ ਹੋਈ ਹੈ। ਹਾਂ ਹਾਂ ਕੋਈ ਗੱਲ ਨਹੀਂ, ਮੈਂ ਕਰੂੰਗਾ ਉਹਦੇ ਨਾਲ ਭੂਆ ਗੱਲ। ਹਾਂ ਕਰੀ ਗੱਲ ਉਹਦੇ ਨਾਲ, ਤੂੰ ਕਹਿਦੀ ਵੀ ਮੇਰੀ ਭੂਆ ਹੁਣ ਇੱਥੇ ਹੀ ਹੈ, ਅਸੀਂ ਵੋਟ ਕਟਵਾਉਣੀ ਹੈ। ਠੀਕ ਹੈ ਭੂਆ, ਕੋਈ ਗੱਲ ਨਹੀਂ। ਭੂਆ ਮੇਰੀ ਹੋ ਗਈ ਸੀ ਗੱਲ, ਆਹ ਪੇਪਰ ਤੇ ਸਾਈਨ ਕਰ ਦੇ, ਤੇਰੀ ਵੋਟ ਕੱਟੀ ਜਾਊਗੀ ਇੱਥੋਂ। ਲਿਆ, ਮੈਨੂੰ ਤਾਂ ਟੇਡੇ ਮੇਡੇ ਚ ਕਰਨੇ ਆਉਂਦੇ ਨੇ, ਕਿੱਥੇ ਕਰਨੇ ਨੇ ਦੱਸ? ਟੇਡੇ ਮੇਡੇ ਕਿਵੇਂ ਮਰਜ਼ੀ ਕਰਦੇ, ਆਪਾਂ ਨੂੰ ਤਾਂ ਸਾਈਨ ਚਾਹੀਦੇ ਨੇ।
ਟੇਡੇ ਮੇਡੇ ਵੀ ਚੱਲ ਜਾਣਗੇ। ਕਿੱਥੇ ਜੇ ਕਰਨੇ ਨੇ? ਪੂਰੇ ਕਰ ਦੇ ਬਸ, ਪੂਰੇ ਕਰ ਦੇ ਕਿਤੇ ਮਰਜ਼ੀ ਕਰ ਦੇ। ਬਸ ਠੀਕ ਆ ਭੂਆ, ਹੁਣ ਤੇਰੀ ਵੋਟ ਕੱਟੀ ਜਾਊਗੀ ਇੱਥੋਂ। ਚੰਗਾ। ਅੱਛਾ ਅੱਛਾ, ਉਹੀ ਸਾਈਨ ਕਰਵਾਇਆ ਬਈ ਬੇਬੇ ਤੋਂ ਵੋਟ ਵਾਲੇ? ਹਾਂ ਹਾਂ ਬਈ, ਉਹੀ ਉਹੀ ਕਰਵਾਇਆ, ਹੁਣ ਭੂਆ ਦੀ ਵੋਟ ਕੱਟੀ ਜਾਊਗੀ ਇੱਥੋਂ। ਆਹੋ, ਬੇਬੇ ਮੈਨੂੰ ਦੱਸਦੀ ਸੀ, ਕਹਿੰਦੀ ਮੇਰੀ ਵੋਟ ਇੱਥੇ ਵੀ ਤੁਰੀ ਫਿਰਦੀ ਹੈ। ਹਾਂ ਬਈ ਹਾਂ। ਮੇਰੀ ਗੱਲ ਸੁਣ ਬੇ ਕੁਲਦੀਪ। ਹਾਂ ਭੂਆ। ਹੁਣ ਤਾਂ ਤੈਨੂੰ ਕੋਈ ਫਿਕਰ ਨਹੀਂ, ਹੁਣ ਤਾਂ ਤੇਰੇ ਨਾਲ ਜ਼ਮੀਨ ਚੜ ਜੂਗੀ, ਹੁਣ ਤਾਂ ਮੇਰੀ ਲੋੜ ਵੀ ਨਹੀਂ ਪੈਣੀ, ਹੁਣ ਤਾਂ ਮੈਨੂੰ ਵੀ ਨਹੀਂ ਸੱਦਣਾ ਉਹਨਾਂ ਨੇ, ਮੇਰੇ ਸਾਈਨ ਕਰਵਾ ਲੈ ਤੂੰ। ਜ਼ਿਆਦੇ ਹੈਰਾਨ ਨਾ ਹੋ ਬਾਈ ਕੁਲਦੀਪ, ਮੈਂ ਤੇਰੇ ਤੇ ਭਾਬੀ ਦੀਆਂ ਗੱਲਾਂ ਸੁਣ ਲਈਆਂ ਸੀ ਕੱਲ ਜਦੋਂ ਤੁਸੀਂ ਉੱਥੇ ਬੈਠੇ ਸੀ। ਲੈ ਮਨਦੀਪ, ਮੈਂ ਭੂਆ ਨੂੰ ਤਾਂ ਇੱਕ ਸਕੀਮ ਜੀ ਪਾਤੀ। ਮੈਂ ਭੂਆ ਨੂੰ ਕਿਹਾ, ਮਹਾ ਭੂਆ ਤੇਰੀ ਵੋਟ ਇੱਥੇ ਵੀ ਤੁਰੀ ਫਿਰਦੀ ਹੈ ਹਲੇ ਤੱਕ। ਉਹ ਕਹਿੰਦੀ ਮੈਂ ਤਾਂ ਵੋਟ ਇੱਥੋਂ ਕਟਵਾ ਲਈ ਤੀ। ਮੈਂ ਭੂਆ ਨੂੰ ਕਿਹਾ, ਮਹਾ ਭੂਆ ਵੋਟ ਤੇਰੀ ਇੱਥੋਂ ਕੱਟੀ ਨਹੀਂ ਗਈ ਸੀ, ਮਹਾ ਉੱਥੇ ਵੀ ਬਣ ਗਈ ਤੇਰੇ ਪਿੰਡ ਤੇ ਉਰੇ ਵੀ ਬਣ ਗਈ। ਅੱਛਾ ਅੱਛਾ। ਹਾਂ ਭੂਆ, ਕਹਿੰਦੀ ਆਪਾਂ ਵੋਟ ਕਟਵਾਉਣੀ ਹੈ। ਮੈਂ ਭੂਆ ਨੂੰ ਹੁਣ ਐਂ ਕਹੂੰਗਾ ਵੀ ਭੂਆ ਆਹ ਕਾਗਜ਼ਾਂ ਤੇ ਸਾਈਨ ਕਰ ਦੇ, ਤੇਰੀ ਵੋਟ ਕੱਟੀ ਜਾਊਗੀ। ਮੈਂ ਸਾਰੀ ਗੱਲ ਕਰ ਲਈ, ਮਹਾ ਭੂਆ ਆਹ ਕਾਗਜ਼ ਆਪਾਂ ਉੱਥੇ ਫੜਾ ਕੇ ਆਉਂਦੇ ਹਾਂ, ਇਹ ਸਕੀਮ ਨਾਲ ਭੂਆ ਦੇ ਸਾਈਨ ਕਰਾਏ ਜਾਣਗੇ ਮਨਦੀਪ। ਬਸ ਬਸ ਠੀਕ ਹੈ, ਫਿਰ ਤਾਂ ਬਹੁਤ ਵਧੀਆ ਹੋ ਜੂ, ਆਪਣੀ ਜ਼ਮੀਨ ਆਪਣੇ ਨਾਂ ਹੋ ਜੂ। ਹਾਂ ਬਸ ਫਿਰ ਆਪਾਂ ਭੂਆ ਨੂੰ ਨਹੀਂ ਸੱਦੇ, ਆਹੀ ਸਾਈਨ ਫੜਾਏ ਜਾਣਗੇ, ਉਹਨਾਂ ਨੂੰ ਕਹਿ ਦੇਵਾਂਗੇ ਵੀ ਆਹ ਲੈ ਤਾਂ ਸਾਈਨ ਕਰ ਗਈ। ਪਟਵਾਰੀ ਕਹਿੰਦਾ ਮੈਂ ਆਪੇ ਲਿਖ ਲੂੰ ਜਿਹੜਾ ਕੁਝ ਲਿਖਣਾ ਹੈ, ਕਹਿੰਦਾ ਬਸ ਤੁਸੀਂ ਨਾ ਕੋਰੇ ਕਾਗਜ਼ਾਂ ਤੇ ਸਾਈਨ ਕਰਵਾਉਣੇ ਨੇ ਇਕੱਲੇ। ਬਸ ਠੀਕ ਆ, ਫਿਰ ਤੁਸੀਂ ਧਿਆਨ ਨਾਲ ਸਾਈਨ ਕਰਵਾ ਲਿਓ ਲਾਡੀ ਤੋਂ ਪੜਦੇ ਨਾਲ, ਕਿਤੇ ਭੂਆ ਲਾਡੀ ਕੋਲੇ ਗੱਲ ਨਾ ਕਰਦੇ ਵੋਟ ਵਾਲੀ। ਨਹੀਂ ਕਰਦੀ, ਜੇ ਕਰ ਵੀ ਦਿੱਤੀ ਤਾਂ ਕਹਿ ਦੇਵਾਂਗੇ ਆਪਾਂ ਲਾਡੀ ਨੂੰ ਵੀ ਭੂਆ ਦੀ ਵੋਟ ਉਰੇ ਤੁਰੀ ਫਿਰਦੀ ਹਲੇ ਤੱਕ। ਲਾਡੀ ਤੁਰਦਾ ਫਿਰਦਾ ਬੰਦਾ ਹੈ, ਕਿਸਾਨ ਯੂਨੀਅਨ 'ਚ ਹੈਗਾ, ਕਿਤੇ ਐ ਨਾ ਕਹਿ ਦੇ ਮੈਂ ਕਰਦਾ ਗੱਲ ਉਹਨਾਂ ਨਾਲ। ਨਹੀਂ ਕਹਿੰਦਾ, ਜਦੋਂ ਮੈਂ ਕਹਿਤਾ ਮੇਰੀ ਗੱਲ ਹੋਊਗੀ ਕੱਟ ਦੇਣਗੇ ਉਹ। ਬਸ ਠੀਕ ਹੈ, ਸ਼ੁਕਰ ਆ ਪਰਮਾਤਮਾ ਦਾ, ਆਪਣੀ ਜ਼ਮੀਨ ਆਪਣੇ ਨਾਂ ਚੜ ਜੂ, ਨਹੀਂ ਭੂਆ ਦਾ ਕੀ ਪਤਾ ਕਦੋਂ ਰੌਲਾ ਪਾ ਲੈਣਾ ਸੀ ਇਹਨੇ। ਉਹੀ ਤਾਂ ਗੱਲ ਹੈ, ਜਦੋਂ ਆਪਦੇ ਮੂੰਹੋਂ ਹੀ ਕਹੀ ਜਾਂਦੀ ਹੈ ਵੀ ਜੇ ਮੇਰੀ ਪੁੱਛ ਗਿੱਛ ਨਾ ਕੀਤੀ ਮੈਂ ਜ਼ਮੀਨ 'ਚੋਂ ਹਿੱਸਾ ਮੰਗ ਲੈਣਾ ਆਪਦਾ, ਮੈਂ ਰੌਲਾ ਪਾ ਕੇ ਬਹਿ ਜੂੰ, ਇਹਦਾ ਮਤਲਬ ਰੌਲਾ ਪਾਉਣੀ ਸੀ ਇਹਨੇ, ਸੱਚੀਆਂ ਗੱਲਾਂ ਲਿਖਲਦੀਆਂ ਨੇ ਇਹਦੇ ਮੂੰਹੋਂ। ਉਹੀ ਤਾਂ ਗੱਲ ਆ, ਨਹੀਂ ਆਪਾਂ ਨੂੰ ਇਹ ਚਾਲਾਂ ਖੇਡਣ ਦੀ ਕੀ ਲੋੜ ਸੀ, ਇਹ ਤਾਂ ਭੂਆ ਨੇ ਆਪਾਂ ਨੂੰ ਹਿੰਟ ਦੇਤਾ ਵੀ ਮੈਂ ਆਪਣੀ ਜ਼ਮੀਨ 'ਚੋਂ ਹਿੱਸਾ ਮੰਗੂੰਗੀ, ਤਾਂ ਹੁਣ ਆਪਾਂ ਨੂੰ ਆਹ ਸਾਰਾ ਕੁਝ ਕਰਨਾ ਪੈ ਗਿਆ, ਭੂਆ ਤੋਂ ਧੋਖੇ ਨਾਲ ਸਾਈਨ ਕਰਾਉਣੇ ਪਏ, ਨਾਲੇ ਪਟਵਾਰੀ ਨਾਲ ਗੱਲ ਕਰਨੀ ਪਈ ਪੈਸਿਆਂ ਦੀ। ਉਹੀ ਤਾਂ ਗੱਲ ਹੈ, ਨਹੀਂ ਤਾਂ ਕੋਈ ਲੋੜ ਨਹੀਂ ਸੀ, ਮੈਨੂੰ ਤਾਂ ਐਂ ਸੀ ਵੀ ਚੱਲ ਦਾਦੇ ਦੇ ਨਾਂ 'ਤੇ ਜ਼ਮੀਨ ਹੈਗੀ ਹੈ, ਜਦੋਂ ਆਪਦਾ ਇਰਾਦਾ ਬਣਿਆ ਕਰਵਾ ਲਾਂਗੇ ਆਪਾਂ, ਇਹ ਤਾਂ ਭੂਆ ਨੇ ਆਪਾਂ ਨੂੰ ਆਹ ਗੱਲਾਂ ਕਹੀਆਂ ਤਾਂ ਹੀ ਛੇਤੀ ਕਰਵਾਉਣਾ ਪੈ ਗਿਆ ਕੰਮ। ਉਹੀ ਤਾਂ ਗੱਲ ਆ, ਚੱਲ ਹੁਣ ਤੁਸੀਂ ਕਿਸੇ ਢੰਗ ਨਾਲ ਸਾਈਨ ਕਰਾ ਲਿਓ ਕੋਰੇ ਕਾਗਜ਼ 'ਤੇ। ਠੀਕ ਹੈ। ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਫਿਰ ਮੈਂ ਬੇਬੇ ਨੂੰ ਦੱਸਿਆ, ਮੈਂ ਤੇ ਬੇਬੇ ਨੇ ਇਹੀ ਸਲਾਹ ਬਣਾਈ ਸੀ ਵੀ ਜਦੋਂ ਤੂੰ ਬੇਬੇ ਤੋਂ ਸਾਈਨ ਕਰਵਾਏਂਗਾ ਬੇਬੇ ਨੇ ਕਰ ਦੇਣੇ ਆ। ਓਏ ਪਤੰਦਰਾ, ਤੂੰ ਮੇਰੀ ਮਾਂ ਨੂੰ ਇੰਨਾ ਗਲਤ ਸਮਝ ਬੈਠਾ, ਮੇਰੀ ਮਾਂ ਬੜਬੋਲੀ ਜ਼ਰੂਰ ਹੈ ਪਰ ਇਹਦੇ ਦਿਲ 'ਚ ਕੁਛ ਨਹੀਂ। ਮੈਂ ਆਪਦੇ ਭਤੀਜੇ ਦੀ ਜ਼ਮੀਨ 'ਚੋਂ ਹਿੱਸਾ ਮੰਗੂੰਗੀ ਤਾਂ ਇਹ ਕਿਵੇਂ ਸੋਚ ਲਿਆ ਪੁੱਤ? ਮੇਰੀ ਆਦਤ ਹੈ ਬੜਬੋਲੀ ਦੀ, ਮੈਂ ਬੋਲਣ ਲੱਗੀ ਦੇਖਦੀ ਨਹੀਂ, ਮੇਰਾ ਮਨ ਸੀਸੇ ਵਾਂਗੂ ਜਮਾਂ ਸਾਫ਼ ਹੈ। ਹਿੱਸਾ ਲੈਣ ਵਾਲੇ ਪੁੱਤ ਕਹਿੰਦੇ ਨਹੀਂ ਹੁੰਦੇ, ਹਿੱਸਾ ਲੈ ਹੀ ਲੈਂਦੇ ਨੇ। ਜਦੋਂ ਮੈਂ ਬਾਈ ਨੂੰ ਜਵਾਬ ਦੇਤਾ ਸੀ ਵੀ ਭਾਈ ਮੈਂ ਜ਼ਮੀਨ 'ਚੋਂ ਹਿੱਸਾ ਲੈਣਾ ਨਹੀਂ, ਫਿਰ ਮੈਂ ਸੋਥੋਂ ਹਿੱਸਾ ਕਿਵੇਂ ਮੰਗ ਸਕਦੀ ਹਾਂ ਪੁੱਤ? ਇਹ ਘਰ ਦਾ ਮੈਨੂੰ ਮੋਹ ਆਉਂਦਾ ਪੁੱਤ, ਇਹ ਮੇਰੇ ਭਰਾ ਦਾ ਘਰ ਹੈ, ਤੂੰ ਮੇਰਾ ਭਤੀਜਾ ਹੈ, ਤੇਰੇ ਵਿੱਚ ਦੀ ਮੈਂ ਆਪਦੇ ਭਾਈ ਨੂੰ ਦੇਖਦੀ ਹਾਂ। 5 ਕਿੱਲੇ ਜ਼ਮੀਨ ਦੇ ਨੇ ਤੇਰੇ ਕੋਲੇ, ਉਹਦੇ 'ਚੋਂ 2.5 ਮੈਂ ਲੈ ਲਾ, ਮੈਂ ਆਪਦੇ ਭਰਾ ਦੀ ਲਾਦ ਨਾਲ ਐ ਕਰੂੰਗੀ, ਮੈਂ ਪਰਮਾਤਮਾ ਨੂੰ ਜਾਣ ਦੇਣੀ ਹੈ। ਮੇਰੇ ਬੜਬੋਲੇਪਣ ਕਰਕੇ ਤੁਸੀਂ ਮੈਨੂੰ ਇੰਨਾ ਗਲਤ ਸਮਝ ਲਿਆ, ਜਾ ਵੇ ਕੁਲਦੀਪ, ਸਾਈਨ ਤਾਂ ਮੈਂ ਕਰਤੇ, ਜੇ ਹੁਣ ਮੇਰੀ ਉੱਥੇ ਵੀ ਲੋੜ ਪੈਗੀ ਫਿਰ ਵੀ ਦੱਸ ਦੀ ਪੁੱਤ। ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਜ਼ਮੀਨ ਨਾਲ ਪਿਆਰ ਨਹੀਂ, ਮੈਨੂੰ ਮੇਰੇ ਭਤੀਜੇ ਨਾਲ ਤੇ ਭਤੀਜੇ ਨੂੰ ਨਾਲ ਪਿਆਰ ਸੀ, ਤੁਸੀਂ ਮੇਰੇ ਤੇ ਐਡਾ ਸੱਖ ਕੀਤਾ, ਤੁਸੀਂ ਤਾਂ ਮੇਰਾ ਦਿਲ ਹੀ ਤੋੜਤਾ। ਚੱਲ ਵੇ ਲਾਡੀ ਚੱਲੀਏ। ਚੱਲ ਬੇਬੇ ਆ ਜਾ।
ਤੂੰ ਬਹੁਤ ਮਾੜਾ ਕੰਮ ਕੀਤਾ ਮਨਦੀਪ, ਐਵੇਂ ਮੇਰੀ ਰੱਬ ਵਰਗੀ ਭੂਆ ਦੇ ਖਿਲਾਫ ਭੜਕਾਤਾ ਮੈਨੂੰ। ਮੇਰੇ ਤਾਂ ਆਪ ਦਿਮਾਗ 'ਚ ਹੈ ਨਹੀਂ ਸੀਗਾ, ਬੇਬੇ ਨੇ ਕਹਿਤਾ, ਹਾਏ ਹੁਣ ਕੀ ਬਣੂਗਾ, ਭੂਆ ਰੁੱਸ ਕੇ ਚਲੀ ਗਈ। ਮੈਂ ਭੂਆ ਨੂੰ ਰੁੱਸਣ ਨਹੀਂ ਦਿੰਦਾ ਮਨਦੀਪ, ਭੂਆ ਤੋਂ ਬਗੈਰ ਮੇਰਾ ਇਹ ਦੁਨੀਆਂ 'ਚ ਹੈ ਹੀ ਕੌਣ ਆ। ਹਾਂ ਪੁੱਤ ਕੁਲਦੀਪ, ਕਿਵੇਂ ਆਉਣੇ ਹੋਏ, ਕੋਈ ਹੋਰ ਸਹਿਨ ਸੁਣਨ ਦੀ ਲੋੜ ਹੈ? ਜੇ ਹੋਰ ਸਹਿਨਾਂ ਦੀ ਲੋੜ ਹੈ ਪੁੱਤ, ਦੱਸ ਕਿੱਥੇ ਕਰਨੇ ਨੇ। ਨਾ ਨਾ ਭੂਆ, ਮੈਨੂੰ ਕੋਈ ਸਹਿਨਾਂ ਦੀ ਲੋੜ ਨਹੀਂ, ਬਸ ਮੈਨੂੰ ਮਾਫ਼ ਕਰ ਦੇ। ਹਾਂ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਭੂਆ, ਅਸੀਂ ਐਵੇਂ ਆਪਦੀ ਰੱਬ ਵਰਗੀ ਭੂਆ ਤੇ ਸ਼ੱਕ ਕਰ ਬੈਠੇ। ਹਾਂ ਭੂਆ, ਸਾਥੋਂ ਬਹੁਤ ਵੱਡੀ ਗਲਤੀ ਹੋ ਗਈ, ਸਾਨੂੰ ਮਾਫ਼ ਕਰ ਦੇ। ਇੱਕ ਵਾਰੀ ਅਸੀਂ ਆਪਣੀ ਗਲਤੀ ਦੀ ਨਾ ਸਜ਼ਾ ਭੁਗਤਣ ਨੂੰ ਵੀ ਤਿਆਰ ਹਾਂ, ਅਸੀਂ ਹਿੱਸਾ ਦੇਣ ਨੂੰ ਵੀ ਤਿਆਰ ਹਾਂ, ਇੱਕ ਵਾਰੀ ਭੂਆ ਸਾਨੂੰ ਮਾਫ਼ ਕਰ ਦੇ। ਮੈਂ ਚਪੇੜਾ ਮਾਰੂ ਮੂੰਹ ਤੇ ਰੱਖ ਕੇ, ਗੱਲਾਂ ਦੇ ਕਈਆਂ ਜਾਂ ਕਰਦੀ ਹੈ, ਮੈਨੂੰ ਕੋਈ ਹਿੱਸਾ ਨਹੀਂ ਚਾਹੀਦਾ, ਮੈਨੂੰ ਤਾਂ ਤੁਸੀਂ ਚਾਹੀਦੇ ਹੋ। ਉਰੇ ਆ ਜਾਓ ਮੇਰਾ ਪੁੱਤ, ਤੁਸੀਂ ਚਾਹੀਦਾ ਮੈਨੂੰ ਤਾਂ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ, ਸਲਾਮ ਅਦਬ, ਨਮਸਕਾਰ, ਤੁਸੀਂ ਜੁੜੇ ਸਾਂਝੇ ਪਰਿਵਾਰ ਦੇ ਨਾਲ। ਹੁਣ ਵਾਰੀ ਹੈ ਕਮੈਂਟ ਕਰਨ ਵਾਲੇ ਵੀਰਾਂ ਦੀ। ਰਾਜਵੀਰ ਸਿੰਘ, ਗੁਰਦੀਪ ਸਿੰਘ, ਜਤਿੰਦਰ ਕੁਮਾਰ, ਰੁਕਮਣੀ ਦੇਵੀ, ਜਗਜੀਤ ਗਿੱਲ, ਚਰਨਜੀਤ ਕੌਰ, ਹਰਮਨ ਬਰਾੜ, ਸ੍ਰੀ ਮੁਕਤਸਰ ਸਾਹਿਬ, ਸਰਬਜੀਤ ਕੌਰ ਪਿੰਡ ਸੱਦਾ ਸਿੰਘ ਵਾਲਾ, ਸੁਖਦੀਪ ਸਿੰਘ ਗਿੱਲ ਤਾਰੇ ਵਾਲਾ ਨਵਾਂ ਮੋਗਾ, ਚੇਤਨਾ ਕੌਰ, ਜਸਪਾਲ ਕੌਰ ਸਿੱਧੂ, ਚਰਨਪ੍ਰੀਤ ਗਿੱਲ, ਆਸ਼ਾ ਬਰਾੜ, ਸਵੇਤਾ ਵਰਮਾ, ਦੀਕਸ਼ਾ ਗਰਗ, ਅਰਸ਼ਦੀਪ ਕੌਰ, ਸੁਰਿੰਦਰ ਕੌਰ, ਹਰਜੀਤ ਕੌਰ, ਪ੍ਰਵੀਨ ਰਾਣੀ, ਸੁਖਜੀਤ ਕੌਰ, ਭਜਨ ਕੌਰ ਜੀਰਕਪੁਰ, ਜਸਪਾਲ ਕੌਰ, ਗੁਰਦੀਪ ਸਿੰਘ, ਸਤਵੀਰ ਸਿੰਘ, ਗੁਰਦੀਪ ਸਿੱਧੂ, ਅਵੀ ਵਰਮਾ, ਸੰਦੀਪ ਢੀਂਡਸਾ, ਮਨੀਸ਼ਾ ਮਲਹੋਤਰਾ, ਅਰਮਾਨ ਸਿੰਘ, ਅਮਰਜੀਤ ਕੌਰ ਬੁੱਟਰ, ਗੁਰਕਿਰਤ ਸਿੰਘ, ਹਰਨੇਕ ਸਿੰਘ, ਸਰਬਜੀਤ ਪਾਤੜਾਂ ਤੋਂ, ਹਰਦੀਪ ਕੌਰ, ਪਰਮਜੀਤ ਕੌਰ, ਇਕਬਾਲ ਸਿੰਘ, ਹਰਪ੍ਰੀਤ ਕੌਰ, ਰਾਜ ਸਿੰਘ, ਜਸਪਾਲ ਕੌਰ ਮਲੇਰਕੋਟਲਾ, ਜਸਪ੍ਰੀਤ ਕੌਰ ਜਗਰਾਉਂ, ਜਗਦੇਵ ਸਿੰਘ। ਬਹੁਤ ਬਹੁਤ ਧੰਨਵਾਦ ਸਾਰੇ ਵੀਰ ਭਰਾਵਾਂ ਦਾ, ਜੁੜੇ ਰਹੋ ਇਸੇ ਤਰ੍ਹਾਂ ਸਾਂਝੇ ਪਰਿਵਾਰ ਦੇ ਨਾਲ। ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ, ਚੈਨਲ ਕਰ ਲਓ ਸਬਸਕ੍ਰਾਈਬ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ, ਧੰਨਵਾਦ।